ਕੁਫਰ ਵੀ ਅੱਜ ਪੱਕੀ ਹੋ। ਅੱਜ ਮਾਡੇ ਫੌਜੀ ਉਹਨਾਂ ਦੇ ਪਿੰਡ ਰੌਣਕ ਲੱਗੀ ਹੈ। ਆਤਮ ਨੀ ਹਰਵਿੰਦਰ ਹੋਣੀ ਖੁਸ਼ ਹੈ ਵੀ ਹਜੇ ਤਾਂ ਪਹਿਲਾ ਦਿਨ ਹੀ ਹੈ, ਜਦੋਂ ਫਾਈਨਲ ਦਿਨ ਹੋਇਆ ਨਾ ਤੇ ਗੱਲਾਂ ਫਿਰ ਚੱਲਣਗੀਆਂ ਮੇਰੇ ਵੀਰੋ। ਇਸ ਕਾਸੋ ਕ੍ਰਿਕਟ ਦੇ ਵੱਡੇ ਮਹਾਤਮ ਦੀਆਂ ਵੀ ਹੋਣ ਲੱਗਾ ਮੈਚ ਜਿਹਨੂੰ ਸਾਲਾ ਵਾਲਾ ਭੇੜ ਕਹਿੰਦੇ, ਬਾਲਰ ਦੇ ਬੈਟਸਮੈਨ ਦਾ ਜਿਹਨੂੰ ਏਡ ਗੇਡ ਕਹਿੰਦੇ, ਉਹ ਆ ਗਿਆ ਕਾਸੋ ਦੀ ਭੂਤ। ਭਾਜੀ ਉੱਥੇ ਰੱਖੋ ਜਿੱਥੇ ਪਹਿਲਾਂ ਸੀ, ਉੱਥੇ ਰੱਖੋ ਜਿੱਥੇ ਪਹਿਲਾਂ ਸੀ ਕਾਸੋ ਦੀ ਭੂਤ। ਜ਼ਿਲ੍ਹੇ ਮੋਗੇ ਦਾ ਕੌਣ ਆ ਗਿਆ ਕੋਟ ਸੁਖੀ ਵਾਲਿਆ, ਚੜਕਣ ਵਾਲਾ ਮਣੀ ਆ ਗਿਆ ਤੇ ਗੱਲਾਂ ਚੱਲਣਗੀਆਂ ਗੁਰਜਿੰਦਰ ਹੋਣੀ ਆਏ ਹੋਏ ਹੈ ਤੇ ਨਾਲ ਜਿਹਨੂੰ ਡਾਕਟਰ ਕਹਿੰਦੇ ਜਿਹਨੇ 6 ਮਹੀਨੇ ਕੱਦੂਆਂ ਦੇ ਬੀਜੇ ਲਾਏ ਹੈ ਪਰ ਪਿਆਰ ਨਾਲ ਮੁੰਡੇ ਨੂੰ ਡਾਕਟਰ ਕਹਿੰਦੇ ਤੇ ਗੱਲਾਂ ਚੱਲ ਰਹੀਆਂ ਹੈ। ਕਰ ਦੋ ਵੀਰੇ ਸ਼ੇਅਰ ਸ਼ੁਰੂ ਕਰ ਦੋ ਵੀਰੇ, ਤਕੜਾ ਮੈਚ ਆ। ਬੈਟਸਮੈਨ ਦਾ ਕੀ ਨਾਮ ਵੀਰੇ? ਡਾਕਟਰ। ਉਹਦਾ ਬੋਲਰ ਹੈ। ਅੱਛਾ, ਉਧਰ ਮਣੀ ਆ। 5-5 ਓਵਰ ਦਾ ਮੈਚ ਖੇਡਿਆ ਜਾਣਾ, ਟੀਮਾਂ ਨੋਟ ਕਰਨਾ। 5-5 ਓਵਰ ਦਾ ਜਿਹੜਾ ਮੈਚ ਖੇਡਿਆ ਜਾਵੇਗਾ। ਮੁਕਸਰ ਹਰਗੀ ਪ੍ਰਬੰਧਕ ਵੀਰਾਂ ਨੇ ਫੈਸਲੇ ਲਏ ਆ ਵੀ ਆਪਾਂ ਵਧੀਆ ਮੈਚ ਕਰਵਾਉਣਾ ਹੈ ਤੇ ਮੈਚ ਵੀ ਕਾਹਦਾ ਖੇਡਿਆ ਜਾਣਾ। ਮੇਰੀ ਆਗੀ ਨਿਕਲਦੀ ਹੈ ਮੇਰੇ ਵੀਰੋ ਆਹ ਮੈਚ ਦੇ ਵਿੱਚ। ਲੈ ਵੀ ਚੀਨੂ ਹੁਣ ਮਾਈਕ ਆਪਣਾ ਚੱਲ ਪਿਆ ਤੇ ਭਰਾ ਬਣ ਕੇ ਇੱਥੇ ਆ ਰਿਹਾ, ਸਕੋਰ ਬੋਰਡ ਲੈ ਕੇ ਸਾਡੇ ਕੋਲ ਆ ਜਾ। ਇੱਥੇ ਇਕੱਲਾ ਉਹ ਰਹਿਣ ਦੇ ਜਿਹਦੇ ਕੋਲ ਕਹਿੰਦੇ 3 ਲੱਤਾਂ ਤੇ ਉੱਪਰ ਕਹਿੰਦੇ ਮੋਬਾਈਲ ਦਾ ਕੈਮਰਾ ਫਿੱਟ ਕੀਤਾ ਹੋਇਆ। ਕਾਸਕੋ ਮੇਰੀ ਜਿੰਦ ਦੇ ਜ਼ਰੀਏ ਪੂਰੀ ਦੁਨੀਆ ਭਰ ਦੇ ਵਿੱਚ ਸ਼ਰਟ ਵਾਲੇ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਮੈਚ ਵਾਲੇ ਸਟਾਰਟ ਦੇ ਆਵਾਜ਼ਾਂ ਅਸੀਂ ਪਹਿਲਾਂ ਦੇਣੀਆਂ ਸ਼ੁਰੂ ਕਰਤੀਆਂ। ਸਿਆਣੇ ਕਹਿੰਦੇ ਵੀ ਜਿੰਨਾ ਟਾਈਮ ਬਕਸੇ ਰਹਿਣਾ ਚੱਲਣ ਫਿਰ ਗੱਲ ਨਹੀਂ ਬਣਦੀ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਵੀ ਜਿਹੜਾ ਲੰਗਰ ਦਾ ਪ੍ਰਬੰਧ ਆਪਾਂ ਪਾਰਕ ਵਾਲੀ ਸਾਈਡ ਕਰ ਲਗੇ ਕਿਉਂਕਿ ਹੁਣ ਤਾਂ ਪਟਾਕੀ ਪੈਣੀ ਹੈ। ਮੈਚ ਬਹੁਤ ਤਗੜਾ ਖੇਡਿਆ ਜਾਣਾ ਹੈ। ਸਟ੍ਰਾਈਕ ਤੇ ਕੌਣ ਹੈ ਮੁੰਡਾ? ਇਹਨੂੰ ਵੀ ਵਿੱਕੀ ਕੋਈ ਲੱਕੀ ਕਹਿ ਦਿੰਦਾ ਜੱਦਣ ਬਾਹੇ ਵਾਲਾ ਤੇ ਨਾਲ ਕਹਿੰਦੇ ਉਹ ਮੁੰਡਾ ਆਇਆ ਜਿੱਥੋਂ ਦਾ ਪਬਲਿਕ ਚੜਕ, ਜਿੱਥੋਂ ਦਾ ਡੀਪੀ ਜਿਹੜਾ ਹੋਇਆ ਮੇਰੇ ਵੀਰੋ ਮਨੀ ਆਇਆ ਹੋਇਆ ਹੈ। ਅੰਪਾਇਰ ਆ ਜਾਣ, ਮੇਰੀ ਬੇਨਤੀ ਹੈ। 2 ਅੰਪਾਇਰ ਰਾਜੋਵਾਲ ਦੀ ਟੀਮ ਦੇ 2 ਖਿਡਾਰੀ ਅੰਪਾਇਰ ਆ ਜਾਣ। ਮੇਰੀ ਬੇਨਤੀ ਹੈ ਰਾਜੋਵਾਲ ਦੀ ਟੀਮ ਦੇ 2 ਖਿਡਾਰੀ ਜਿਹੜੇ ਜਲਦੀ ਅੰਪਾਇਰ ਆ ਜਾਣ, ਅਰਸ਼ ਬਣਾਉਣ ਮੇਰੀ ਬੇਨਤੀ ਹੈ। ਬਲਵਿੰਦਰ ਸਿੰਘ ਮਾਪਿਆਂ ਨੇ ਪੂਰਾ ਨਾਮ ਰੱਖਿਆ ਮੇਰੇ ਵੀਰੋ ਤੇ ਦੁਨੀਆ ਉਹ ਕਹਿੰਦੀ ਹੈ ਜੇ ਡੀ ਤੇ ਆਰ ਪਾ ਦਈਏ ਤੇ ਡਾਕਟਰ ਬਣ ਜਾਂਦਾ। ਇਹ ਡਾਕਟਰ ਆ ਗਿਆ ਮੇਰੇ ਵੀਰੋ ਬਠਿੰਡੇ ਦੀ ਧਰਤੀ ਦਾ, ਜਿਹਨੇ ਪਹਿਲੇ ਓਵਰ ਦੀ ਸ਼ੁਰੂਆਤ ਖੇਡ ਦੇ ਮੈਦਾਨ ਦੇ ਵਿੱਚ ਕਰ ਦੇਣੀ ਹੈ ਤੇ ਸਾਹਮਣੇ ਗਿੱਦੜ ਬਾਹੇ ਦੀ ਧਰਤੀ ਦਾ ਹੋਵੇਗਾ ਲੱਕੀ ਗਿੱਦੜ ਬਾਹੇ ਵਾਲਾ ਪਹਿਲੀ ਬਾਲ ਆਵੇਗਾ ਸਵਾਦ ਤੇ ਪਹਿਲੀ ਵਾਲੀ ਕਹਿੰਦੇ ਡਾਕਟਰ ਦੀ ਵਾਈਡ ਹੋ ਚੁੱਕੀ ਹੈ ਖੇਡ ਦੇ ਮੈਦਾਨ ਅੰਦਰ ਮੇਰੇ ਮਿੱਤਰੋ ਤੇ ਮੈਚ ਐਨ ਚੋਟੀ ਦਾ ਮੈਚ, ਜ਼ਬਰਦਸਤ ਮੈਚ ਕਾਂਟੇਦਾਰ ਦੋਨੋਂ ਟੀਮਾਂ ਦੇ ਦਰਮਿਆਨ ਤੇ ਬੋਲਾਂ ਦੀ ਸਾਜ ਯਾਰ ਬਿੱਟੂ ਕੋਟ ਸੁਖੀ ਵਾਲਾ ਲਾ ਮੈਚ ਕਹਿੰਦੇ ਪੂਰਾ ਤਕੜਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ। ਬਾਪੂ ਦਰਸ਼ਨ ਸਿੰਘ ਕਹਿੰਦੇ ਫੌਜੀ ਦੇ ਪੁੱਤ ਨੇ ਪੱਟ ਲਈਆਂ ਲਾਂਘਾ, ਅੱਜ ਸਰਾਵਾਂ ਬੋਦਲਾ ਦੀ ਧਰਤੀ ਹੈ। ਸਰਾਵਾਂ ਬੋਦਲਾ ਪਿੰਡ ਬਲੋਟ ਦੇ ਲਾਗੇ ਪਿੰਡ ਆ ਮੇਰੇ ਮਿੱਤਰੋ। ਇਹ ਬੱਚੇ ਬੱਚਿਆਂ ਨੂੰ ਪਤਾ ਹੋਣਾ ਸਰਾਵਾਂ ਬੋਦਲਾ ਪਿੰਡ ਵਿੱਕੀ ਗਾਉਂਡਰ ਦਾ ਪਿੰਡ ਹੈ। ਲਾ ਉਸਾਰ ਖੇਡ ਦੇ ਮੈਦਾਨ ਵਿੱਚ ਦੁਨੀਆ ਦੇ ਵੱਡੇ ਵੱਡੇ ਖਿਡਾਰੀ ਸਾਡੇ ਲੱਕੀ ਗਿੱਦੜਬਾਈ ਦੀ ਧਰਤੀ ਦਾ ਤੇ ਗਿੱਦੜਬਾਈ ਨੂੰ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਜਿਹੜੀ ਧਰਤੀ ਨੇ ਬਾਬੇ ਗੁਰਦਾਸ ਮਾਨ ਨੂੰ ਪੈਦਾ ਕੀਤਾ ਹੈ, ਜਿਹੜੀ ਧਰਤੀ ਨੇ ਮੇਰ ਮਿੱਤਰ ਵਰਗੇ ਪੈਦਾ ਕੀਤੇ ਹੈ ਤੇ ਜਿਹੜੀ ਧਰਤੀ ਨੇ ਕਹਿੰਦੇ ਜਾਨੀ ਵਰਗੇ ਸਾਲ ਚੜਾਈ ਹੈ। 2 ਬਾਲ ਤੇ ਫਰੀ ਹਿੱਟ ਆ ਗਈ ਹੈ ਖੇਡ ਦੇ ਮੈਦਾਨ ਵਿੱਚ। 2 ਰਨ ਦਾ ਵਾਧਾ ਬਿਨਾਂ ਕਿਸੇ ਬਾਲ ਦੇ ਹੋ ਗਿਆ। ਇਹਦਾ ਕਹਿੰਦੇ ਚੜਕ ਪੈਂਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ। ਐਨ ਮੁੜੀਰਾਂ ਦੇ ਲਾਗੇ ਗੱਲਾਂ ਚੱਲੀਆਂ ਖੇਡ ਮੈਦਾਨ ਦੇ ਵਿੱਚ। ਮੋਗੇ ਦੇ ਬਿਲਕੁਲ ਨਜ਼ਦੀਕ ਕਰਕੇ ਵਸਿਆ ਪਿੰਡ ਹੈ। ਡਾਕਟਰ ਵੇਖੋ ਸਾਹਮਣੇ ਬਾਲਾ ਭਾ ਰਿਹਾ ਖੇਡ ਦੇ ਮੈਦਾਨ ਵਿੱਚ। ਹੁਣ ਬੱਲੇ 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 ਪਰ ਫਰੀ ਹਿੱਟ ਹੈ, ਫਰੀ ਹਿੱਟ ਹੈ। ਰਣ ਕਹਿੰਦੇ ਆਪਣੀ ਟੀਮ ਲਈ ਜੋੜਨ ਦੀ ਟਰਾਈ ਕੀਤੀ ਹੈ। ਖੇਡ ਮੈਦਾਨ ਤੇ ਭੱਜ ਕੇ ਲੰਘ ਜਾਈਏ ਪੰਮੇ ਆਪਾਂ ਭੱਜ ਕੇ ਕਿਉਂਕਿ ਮੈਚ ਦੀ ਕੁੰਡੀਆਂ ਦੇ ਸਿੰਗੀ ਫਸੇ ਹੋਏ ਹੈ। ਦੋਵੇਂ ਟੀਮਾਂ ਪੰਜਾਬ ਦੀਆਂ ਮੰਦੀਆਂ ਪ੍ਰਬੰਧੀਆਂ, ਬਾਲ ਡਾਕਟਰ ਦੀ ਤੇ ਮੈਚ ਦੇ ਕਲੇਰਾਂ ਵਾਲਾ ਯਾਰ।
ਵਾਕਈ ਤਗੜਾ ਮੈਚ ਮੇਰੇ ਵੀਰੋ ਖੇਡਿਆ ਆ ਰਿਹਾ ਹੈ। ਇਧਰਲੇ ਪਾਸੇ ਡਾਕਟਰ ਦੀ ਭਾਲ ਤੇ ਗਿੱਦੜ ਬਾਹੇ ਵਾਲਾ ਮੇਰੇ ਵੀਰੋ ਲੱਗੀ ਹੈ, ਲੱਗੀ ਗਿੱਦੜ ਬਾਹੇ ਦੀ ਧਰਤੀ ਦਾ। ਪਰ ਦੇਖੋ ਰਣ ਹੋਣਗੇ ਦੋ, ਜਿਵੇਂ ਕਹਿੰਦੇ ਫ੍ਰੀ ਹਿੱਟ ਸੀ ਬੋਰੋ ਪਲੱਸ ਦੇ ਨਾਲ, ਪਹਿਲਾਂ ਇੱਕ ਫ੍ਰੀ ਡੱਬਾ ਮਿਲਦਾ ਹੁੰਦਾ ਸੀ, ਉਹ ਗੱਲ ਬਣ ਗਈ ਹੈ। ਹਾਂਜੀ ਕੋਈ ਆਇਆ ਵੀਰੇ, ਚਾਰ ਬਾਲਰ ਯੂਜ਼ ਹੋਣਗੇ, ਨੋਟ ਕਰ ਲੈਣ। ਬਾਹਰਲੇ ਪਲੇਅਰ ਇੱਕ ਇੱਕ ਓਵਰ ਕਰਨਗੇ, ਇਹ ਵੀ ਇਹਨਾਂ ਆਦਮੀ ਨਹੀਂ ਵੀਰੇ। ਬਾਕੀ ਬਾਈ ਤੁਸੀਂ ਦੱਸ ਦਿਓ, ਆਪਾਂ ਉਸੇ ਹਿਸਾਬ ਨਾਲ ਹੀ ਬੋਲ ਦੇਣਾ ਹੈ। ਦੱਸੋ ਭਾਜੀ, ਲਓ ਡਾਕਟਰ ਦੀ ਪਾਲ, ਲਓ ਡਾਕਟਰ ਦੀ ਬਾਲ ਤੇ ਨੋ ਨੋ। ਅੰਪਾਇਰ ਦਾ ਫੈਸਲਾ ਵੀ ਬਾਲ ਜਿਹੜੀ ਨੋ ਚੁੱਕੀ ਹੈ ਖੇਡ ਦੇ ਮੈਦਾਨ ਅੰਦਰ। ਧੰਨ ਧੰਨ ਬਾਬਾ ਕਾਲਾ ਮਹਿਰ ਜੀ, ਜਿਨ੍ਹਾਂ ਦੀ ਯਾਦ ਦੇ ਵਿੱਚ ਕਾਸੋ ਕ੍ਰਿਕਟ ਦਾ ਵੱਡਾ ਮੇਲਾ ਮੇਰੇ ਵੀਰੋ ਇਸ ਨਗਰ ਦੇ ਵਿੱਚ ਹੋ ਰਿਹਾ ਹੈ। ਅੱਜ ਜੰਗ ਪਿੰਡ ਦੇ ਵਿੱਚ ਰੌਣਕ ਲੱਗੀ ਹੈ, ਜਿੱਥੋਂ ਦੇ ਕਹਿੰਦੇ ਜੰਗ ਸੰਧੂ ਦੀ ਕਲਮ ਪੂਰੀ ਦੁਨੀਆ ਭਰ ਦੇ ਵਿੱਚ ਫੇਮਸ ਹੋ ਚੁੱਕੀ ਹੈ। ਅੱਜ ਮਾਣ ਹੋ ਰਿਹਾ ਇਸ ਨਗਰ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ। ਲਓ ਡਾਕਟਰ ਬਲਵਿੰਦਰ ਸਿੰਘ, ਡਾਕਟਰ ਬਾਲ ਪਾਉਣ ਲਈ ਵਾਧਾ ਹੋਇਆ ਤੇ ਸਾਹਮਣੇ ਗਿੱਦੜ ਬਾਹੇ ਵਾਲਾ ਆ ਮੁੰਡਾ ਕੌਣ ਹੈ, ਇਹਦੀ ਯਾਰੀ ਕਹਿੰਦੇ ਬਾਲਿਆਂ ਵਾਲੀ ਦੇ ਮੰਨੇ ਦੇ ਨਾਲ ਆ ਮੇਰੇ ਮਿੱਤਰੋ। ਇਹ ਹੈ ਗੁਰਜਿੰਦਰ ਸਰਾਵਾ ਬੋਦਲਾ ਦੀ ਧਰਤੀ ਦਾ ਤੇ ਸਰਾਵਾ ਬੋਦਲਾ ਪਿੰਡ ਆ, ਵਿੱਕੀ ਗਾਂਡਰ ਦਾ ਪਿੰਡ ਹੈ, ਉਹਦੇ ਨਗਰ ਤੋਂ ਕਹਿੰਦੇ ਟੀਮ ਆਈ ਹੋਈ ਹੈ। ਲਓ ਡਾਕਟਰ ਦੀ ਪਾਲ, ਇਹ ਸਵਾਦ ਆਊ ਜੇ ਇਹਦਾ ਡੰਡਾ ਪੱਟੇ। ਲਓ ਸਵਾਦ ਖੇਡ ਦੇ ਮੈਦਾਨ ਅੰਦਰ ਵੀ ਪਹਿਣ ਗਈ ਆ ਬਾਲਾ ਤੇ ਦੇਖੂ ਸਾਰਾ ਜੱਗ ਪਈ ਮਾਰ ਮਾਰ ਚੌਕੇ ਛੱਕੇ ਭੈੜੇ ਕੱਢਣੇ ਗਏ ਅੱਗ ਵੀ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਐੜਾ ਲੱਗ ਪਈ, ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਐੜਾ ਲੱਗ ਪਈ। ਡਾਕਟਰ ਦੀ ਪਾਲ, ਮੁੰਡੇ ਨੇ 5-6 ਮੋਟਰਸਾਈਕਲ ਜਿੱਤ ਕੇ ਭੱਲੇ ਬੱਲੇ ਕਰਾਈ ਹੈ। ਪਰ ਇਧਰਲੇ ਪਾਸੇ ਦੇਖੋ ਰਣ ਹੋਣਗੇ 4 ਵੀ ਦਿੱਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਓਏ, ਆ ਦੇਖੋ ਦਿਲਦਾਰਾ ਤੇਰਾ ਚੌਕਾ ਬਣ ਗਿਆ ਓਏ, ਆ ਦੇਖੋ ਦਿਲਦਾਰਾ ਤੇਰਾ ਚੌਕਾ ਬਣ ਗਿਆ ਓਏ। ਲੈ ਵੀ ਬਿੱਟੂ ਕਰ ਮੁੰਡੇ ਦੀ ਸਿਫਤ। ਜਲਦੀ ਦਾ ਪਹਿਲਾ ਓਵਰ ਮੈਨੂੰ ਲੱਗਦਾ ਨਾ ਸਮਾਪਤ ਹੋ ਗਿਆ ਪਹਿਲਾ ਓਵਰ। ਕਰ ਦੋ ਵੀਰੇ ਸ਼ੇਅਰ ਸ਼ੁਰੂ ਕਰ ਦੋ ਵੀਰੇ। ਕਿੰਨੇ ਰਣ ਜਿੰਨੂੰ 13 ਰਣ ਜਿਹੜੇ ਪਹਿਲੇ ਓਵਰ ਦੀ ਸਮਾਪਤੀ ਦੇ 13 ਰਣ ਤੇ ਸਰਾਵਾ ਬੋਦਲਾ ਬੜਾ ਹੈਪੀ ਕਹਿੰਦੇ ਦੂਜਾ ਓਵਰ ਕਰੇਗਾ ਸਾਹਮਣੇ ਖੇਡ ਦੇ ਮੈਦਾਨ ਵਿੱਚ। ਅੰਬਰ ਦਾ ਵੀਰੇ 7 ਤਰੀਕ ਨੂੰ ਪੂਰਾ ਇਧਰ ਹੈਪੀ ਆ, ਸਰਾਵਾ ਬੋਦਲਾ ਦੀ ਧਰਤੀ ਆ, ਜਿਹੜੇ ਮੇਲੇ ਦੀ ਕਹਿੰਦੇ ਚਰਤ ਹੈ ਮੇਰੇ ਮਿੱਤਰੋ ਤੇ ਸਾਲ ਬੰਡਾ ਮੇਲਾ ਹੋਣਾ ਧਰਤੀ ਦੇ ਪਿੰਦਰ ਵਰਗੇ ਕਹਿੰਦੇ ਗੁਰਜਿੰਦਰ ਵਰਗੇ ਪੋਪੀ ਵਰਗੇ ਸੱਦੇ ਦੇਦੇ ਹੈਪੀ ਵਰਗੇ ਤੇ ਬੂਟੇ ਵਰਗਿਆਂ ਦਾ ਪਿੰਡ ਹੈ। ਲਾਓ ਸਾਹਮਣੇ ਕਹਿੰਦੇ ਹੈਪੀ ਦੇ ਉੱਚੇ ਲੰਮੇ ਕਾਦੇ ਵਿੱਚ ਟਰਾਈ ਕੀਤੀ ਹੈ ਖੇਡ ਦੇ ਮੈਦਾਨ ਵਿੱਚ। ਦੋਵੇਂ ਟੀਮਾਂ ਬਾਲ ਵਰੀਆ ਥੱਲੇ ਕੌਣ ਹੈ, ਆ ਪ੍ਰਧਾਨ ਸਾਹਿਬ ਹੈ, ਇਹ ਪ੍ਰਧਾਨ ਸਾਹਿਬ ਆ ਪਿੰਦਰ ਨਾਲ ਬੜਾ ਪਿਆਰ ਹੈ, ਖੇਡ ਦੇ ਮੈਦਾਨ ਵਿੱਚ ਕਮਾਲ ਹੀ ਕਰ ਦਿੱਤੀ ਹੈ। ਆ ਗਿਆ ਗਿੱਦੜਬਾਜ ਦੀ ਧਰਤੀ ਦਾ ਮੁੰਡਾ ਕਿੰਗਰੇ ਪਰਿਵਾਰ ਦੀ ਸੰਤਾਨ, ਇਹ ਕਹਿੰਦੇ ਵਿੱਕੀ ਨਾਇਲ ਖੇਡ ਦੇ ਮੈਦਾਨ ਵਿੱਚ। ਲਾਓ ਸਾਹਮਣੇ ਆ ਗਿਆ ਕਹਿੰਦੇ ਖੇਡ ਦੇ ਗਰਾਊਂਡ ਵਿੱਚ ਗਿੱਦੜਬਾਜ ਦੀ ਧਰਤੀ ਦਾ ਵਿੱਕੀ। ਇਧਰ ਚੁੱਲੀ ਵਰਗੇ ਬ੍ਰੈਵੋ ਵਰਗੇ ਪੁੱਜੇ ਧਰਤੀ ਦੇ, ਧੰਨਵਾਦ ਕਰਾਂਗੇ ਆਪਾਂ ਜਵਾਰਾਂ ਦੀ ਟੀਮ, ਹਰਮੀਤ ਵਰਗੇ ਜੋਤੀ ਲੈਪੋ ਵਾਲਾ, ਅਰਸ਼ ਵਰਗੇ ਪੁੱਜੇ ਨਾਲ ਪਿੰਦੂ ਝੋਕ ਵਾਲਾ ਆਇਆ ਜਿਹੜਾ ਵੱਡੇ ਪੈਸੇ ਲਾਉਂਦਾ ਕਹਿੰਦੇ ਐਨ ਕਾਸੋ ਦੀ ਦੁਨੀਆਂ ਦੇ ਬੰਦਾ ਵੱਖਰਾ ਨਾਮ ਹੈ ਸੱਚੇ ਪਾਤਸ਼ਾਹ ਦੀ ਕਹਿੰਦੇ ਕਿਰਪਾ। ਲਾਓ ਕਹਿੰਦੇ ਲੱਕੀ ਤੇ ਵਿੱਕੀ ਖੇਡ ਦੇ ਮੈਦਾਨ ਵਿੱਚ ਹੈ, ਬਾਲ ਹੈਪੀ ਸਰਾਵਾ ਬੋਦਲਾ ਦੀ ਧਰਤੀ ਦਾ ਵੀ ਆ ਗਏ ਨੇ ਖਿਡਾਰੀ ਕਿਵੇਂ ਖਿੱਚ ਕੇ ਤਿਆਰੀਆਂ ਤੇ ਮੋਰਤਾ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ। ਲੱਗੂਗਾ ਮੈਦਾਨ ਵਿੱਚ ਜੋਰ, ਅੱਡੀ ਚੋਟੀ ਦਾ ਅੱਡੀ ਤੇ ਚੋਟੀ ਦਾ ਜੋਰ ਲੱਗਣਾ, ਧਰਤੀ ਜੰਗਦੀ ਤੇ ਬਾਬੇ ਕਹਿੰਦੇ ਕਾਲੇ ਮਿਰ ਦੀ ਯਾਦ ਵਿੱਚ ਵੱਡਾ ਮੇਲਾ ਹੁੰਦਾ ਹੈ। ਲਾ ਭਰਾਵਾਂ ਨੇ ਮੋਰਤ ਕੀਤੀ ਹੈ ਪਰ ਦੂਸਰੇ ਪਾਸੇ ਲੱਗਿਆ ਜੋਰ, ਫੜ ਸਰਾਵਾ ਬੋਦਲਾ ਵਾਲਾ, ਲਾ ਰਾਜਨ 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 ਭੱਜਦਾ ਹੈ, ਇਹਨੂੰ ਪੋਪੀ ਵੀ ਕਹਿੰਦੇ ਹੈ, ਇੱਕੜ ਦਾ ਵਾਧਾ ਕਰ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ। ਚਾਰ ਸਪੇਰੇ ਰੌਣਕਾਂ ਲੱਗੀਆਂ ਨੇ, ਇੱਧਰ ਹਰਵਿੰਦਰ ਵਰਗੇ, ਆਤਮ ਵਰਗੇ, ਚੀਨੂ ਵਰਗੇ ਤੇ ਨਾਲ ਹੀ ਬਾਂਦੇ ਫੌਜੀ ਵਰਗੇ ਦਾ ਧੰਨਵਾਦ ਹੈ, ਜਿਹਨੇ ਭਰਾਣ ਹੈ ਜਿਹਨੇ ਵੱਡੀ ਮਿਹਨਤ ਕੀਤੀ ਹੈ ਐਨ ਬਾਬੇ ਕਾਲੇ ਮਰ ਦੀ ਕਾਰ ਕਿਰਪਾ। ਮੁੰਡੇ ਕਹਿੰਦੇ ਸੱਚੀਆਂ ਨੀਤਾਂ ਨਾਲ ਮਿਹਨਤ ਕਰਕੇ ਤੇ ਦੁਨੀਆ ਤੇ ਵੱਡਾ ਮੇਲਾ ਕਰਾਉਂਦੇ ਆ। ਸਾਲ ਬਾਲ ਖੇਡ ਦੇ ਮੈਦਾਨ ਵਿੱਚ, ਜੇ ਬਾਲ ਛੱਡਾਂ ਦੇ ਵੱਜ ਕੇ ਬਾਉਂਡਰੀ ਤੋਂ ਬਾਹਰ ਜਾਂਦੀ ਹੈ ਰਣ 4 ਜਾਂ 6 ਹੋਣਗੇ ਜਿਵੇਂ ਵੀ ਫੈਸਲਾ ਕਮੇਟੀ ਕਰੇਗੀ। ਬਾਲ ਟਾਵਰ ਨਾਲ ਲੱਗਦੀ ਹੈ ਰਣ ਭੱਜ ਕੇ ਮੇਰੇ, ਸਾਰੀਆਂ ਟੀਮਾਂ ਧਿਆਨ ਦੇਣਾ ਸੋਲਣ, ਜੇ ਬਾਲ ਟਾਵਰ ਨਾਲ ਵੱਜਦੀ ਹੈ ਰਣ ਜਿਹੜੇ ਭੱਜ ਕੇ ਆਪਾਂ ਲੜੇ ਹੈ, ਜੇ ਬਾਲ ਛੱਡਾਂ ਨਾਲ ਲੱਗਦੀ ਹੈ ਬਾਲ ਛੱਡਾਂ ਜਿਵੇਂ ਕਿ ਗਰਾਊਂਡ 'ਚ ਦੀ ਰਣ ਤਾਂ ਵੀ ਭੱਜ ਗਏ ਹੈ, ਜੇ
ਜੇ ਛੱਡਾ ਨਾ ਵੱਜ ਕੇ ਬਾਲ ਬਾਹਰ ਜਾਂਦੀ ਹੈ ਤੇ ਫਿਰ ਉਹ ਜਿਹੜੇ ਹਿਸਾਬ ਕਿਤਾਬ ਜਿਵੇਂ ਬਾਲ ਜਾਊਗੀ ਉਵੇਂ ਹੈ ਅੰਬਰ ਕਮੇਟੀ ਚ ਉਧਰ ਕਮੇਟੀ ਦਾ ਫੈਸਲਾ ਜੇ ਛੱਡਾਂ ਦੇ ਉੱਪਰ ਟੱਪਾ ਪੈ ਗਿਆ ਨਾ ਬਾਲ ਬਾਹਰ ਚਲੀ ਗਈ ਤੇ ਚਾਰ ਹੁੰਦਾ ਬਾਕੀ ਤੁਹਾਨੂੰ ਪਤਾ ਹੀ ਹੈ ਜੇ ਬਾਲ ਛੱਡਾਂ ਚ ਵੱਜ ਕੇ ਗਰਾਊਂਡ ਚ ਰੁਕਦੀ ਫਿਰ ਰਨ ਭੱਜ ਕੇ ਅਪਡੇਟ ਨਹੀਂ ਹੁੰਦੀ ਵੀਰੇ ਜਲਦੀ ਨਾਲ ਬਾਲ ਪਹੁੰਚਦੀ ਕਰੋ ਗਰਾਊਂਡ ਚ ਜੀ ਮੈਚ ਬੜਾ ਤਕੜਾ ਖੇਡਦੇ ਬਰਾਬਰੇ ਬਾਲ ਹੈਪੀ ਰੀ ਤੇ ਬੈਕ ਤੇ ਧਰਮ ਅਗਲੇ ਸਾਹਮਣੇ ਕਹਿੰਦੇ ਵਿੱਕੀ ਆ ਗਿੱਦੜ ਬਾਹੀ ਦੀ ਧਰਤੀ ਦਾ ਇਧਰਲੇ ਪਾਸੇ ਸਰਾਵਾ ਬੋਦਲਾ ਵਾਲਾ ਕਹਿੰਦੇ ਹੈਪੀ ਬਾਲ ਪਾ ਰਿਹਾ ਖੇਡ ਦੇ ਮੈਦਾਨ ਅੰਦਰ ਹੈਪੀ ਹੈ ਸਰਾਵਾ ਬੋਦਲਾ ਦੀ ਧਰਤੀ ਦਾ ਜਿਹੜਾ ਮੁੰਡਾ ਸਟਰਾਈਕ ਤੇ ਹੈ ਇਹਨੇ ਕਹਿੰਦੇ ਸੋਨੇ ਦੀਆਂ ਮੁੰਦਰੀਆਂ ਚੇਤਕ ਸਕੂਟਰ ਵੀ ਚਿੱਟੇ ਹੋਏ ਆ ਇਹ ਕਿੰਗਰ ਪਰਿਵਾਰ ਦਾ ਖਿਡਾਰੀ ਹੈ ਮੇਰੇ ਵੀਰੋ ਵਿੱਕੀ ਗਿੱਦੜ ਬਾਹੀ ਦੀ ਧਰਤੀ ਦਾ ਬਹੁਤ ਵੱਡਾ ਧੰਨਵਾਦ ਸਾਡੇ ਪ੍ਰਬੰਧਕ ਵੀਰਾਂ ਦਾ ਹਰਵਿੰਦਰ ਜੰਗ ਸਾਡਾ ਵੀਰ ਨਾਲ ਰਵੀ ਜੰਗ ਮਾਟਾ ਫੌਜੀ ਹੈ ਲੱਭਾ ਜੰਗ ਚੀਨੂ ਜੰਗ ਆਤਮਾ ਜੰਗ ਤੇ ਨਾਲ ਹੀ ਬਾਊ ਸਾਡਾ ਵੀਰ ਰਾਹੁਲ ਜੰਗ ਬਹੁਤ ਵੱਡਾ ਧੰਨਵਾਦ ਭਾਊ ਦਾ ਸਾਡੇ ਵੀਰ ਦਾ ਤੇ ਨਾਲ ਹੀ ਸਵਰਗਵਾਸੀ ਲਖਵਿੰਦਰ ਸੰਧੂ ਕ੍ਰਿਕਟ ਪਲੇਅਰ ਤੇ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਹੈ ਜੰਗ ਸੰਧੂ ਗੀਤਕਾਰ ਦਾ ਸਨਮਾਨ ਕੀਤਾ ਜਾਣਾ ਹੈ ਜਿਹਦੇ ਕਹਿੰਦੇ ਗੀਤ ਨੂੰ ਕਾਲ ਵੀ ਨੇ ਗਾਇਆ ਕਿ ਮੈਂ ਸੋਹਣੀ ਤੇ ਸੁਨੱਖੀ ਤੇਰੀ ਨਾਰਵੇ ਤੇ ਭਾਗਾਂ ਵਾਲਾ ਤੂੰ ਮੁੰਡਿਆ ਪਿੰਡ ਦਾ ਉਹ ਵੀਰ ਹੈ ਜਿਹਨੇ ਕਹਿੰਦੇ ਜਿਹਦੇ ਗਾਣੇ ਕਹਿੰਦੇ ਕਾਰਬੀ ਨੇ ਗਾਏ ਹੈ ਉਧਰਲੇ ਪਾਸੇ ਮੇਰੇ ਹਿਸਾਬ ਨਾਲ ਉਮਰ ਜਿਹੜਾ ਸਮਾਪਤ ਹੋ ਗਿਆ ਹੈ 28 ਰਨ ਨੇ 2 ਓਵਰ ਦੀ ਸਮਾਪਤੀ ਤੋਂ ਬਾਅਦ ਗਿੱਦੜ ਬਾਹੀ ਦੀ ਟੀਮ ਦਾ ਸਕੋਰ ਹੋ ਗਿਆ 28 2 ਓਵਰ ਦੀ ਸਮਾਪਤੀ ਤੋਂ ਬਾਅਦ ਵਾਕਈ ਅੱਜ ਵੱਡੀ ਰੌਣਕ ਹੈ ਤੇ ਵੱਡਾ ਮੇਲਾ ਲੱਗਾ ਹੋਇਆ ਹੈ ਵਿੱਕੀ ਖੁਸ਼ ਹੈ ਵਿੱਕੀ ਨੇ ਪਹਿਲਾ ਮੈਚ ਜਿੱਤਿਆ ਤੇ ਖੁਸ਼ੀ ਕਹਿੰਦੇ ਝੱਲੀ ਰਹੀ ਜਾਂਦੀ ਮੈਚ ਵੀ ਐਨ ਕੁੰਡੀਆਂ ਦੇ ਸਿੰਘ ਹੈ ਮੇਰੇ ਵੀਰੋ ਜਿਵੇਂ ਬਿੱਟੂ ਨੇ ਪਹਿਲਾਂ ਦੱਸਿਆ ਸੀ ਵੀ ਛੱਡ ਤੇ ਵੱਜ ਗਈ ਤੇ 4 ਸਕੋਰ ਹੋਣਗੇ ਟਾਵਰਨ ਲੱਗ ਗਈ ਤੇ ਭੱਜ ਕੇ ਰਨ ਕੀਤੇ ਹੜੇ ਹੈ ਖੇਡ ਦੇ ਮੈਦਾਨ ਅੰਦਰ ਮੇਰੇ ਵੀਰੋ ਲਓ ਮਿੱਡਾ ਕਹਿੰਦੇ ਮੇਰੇ ਵੀਰੋ ਹਬੋਰ ਵਾਲਾ ਵਾਹ ਜੀ ਵਾਹ ਹਬੋਰ ਦੀ ਧਰਤੀ ਦਾ ਕਹਿੰਦੇ ਮਿੱਡਾ ਸਰਾਵਾ ਬੋਦਲਾ ਦੀ ਟੀਮ ਦੇ ਲਈ ਖੇਡਦਾ ਹੈ ਗੱਲ ਚੱਲੀ ਹੈ ਮੇਰੇ ਵੀਰੋ ਲਓ ਮਿੱਡਾ ਕਹਿੰਦੇ ਹਬੋਰ ਦੀ ਧਰਤੀ ਦਾ ਗੱਲਾਂ ਚੱਲੀਆਂ ਤੇ ਸਾਹਮਣੇ ਵਿੱਕੀ ਹੈ ਗਿੱਦੜ ਬਾਹੀ ਦੀ ਧਰਤੀ ਦਾ ਆਹ ਮੁੰਡੇ ਦਾ ਵੀ ਕਹਿੰਦੇ ਪੂਰਾ ਨਾਮ ਹੈ ਕਰ ਦਿਓ ਸ਼ੇਅਰ ਸ਼ੁਰੂ ਵੀ ਕਰ ਦਿਓ ਤਗੜਾ ਦਾ ਮੈਚ ਇੰਨਾ ਲਓ ਸਾਹਮਣੇ ਮਿੱਡਾ ਹਬੋਰ ਦੀ ਧਰਤੀ ਨਾ ਮੇਰੇ ਮਿੱਤਰੋ ਓਹੋ ਬੱਲੇ 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 ਸਵਾਦ ਆ ਮੇਰੇ ਮਿੱਤਰੋ ਐਨ ਗਿੱਦੜ ਬਾਹੀ ਵਾਲੇ ਜਿਹੜੇ ਸਟੰਪ ਹੈ ਨਾ ਪੱਟ ਕੇ ਸਾਈਡ ਤੇ ਕਰ ਦਿੱਤੇ ਹੈ ਮਿੱਡਾ ਹਬੋਰ ਵਾਲਾ ਤੇ ਅੱਜ ਆਇਆ ਕਹਿੰਦੇ ਪ੍ਰਧਾਨ ਉਹਨਾਂ ਦੀ ਟੀਮ ਦੇ ਲਈ ਦਰਜਿੰਦਰ ਉਹਨਾਂ ਦੀ ਟੀਮ ਦੇ ਲਈ ਹੈਪੀ ਉਹਨਾਂ ਨੇ ਕਹਿੰਦੇ ਸੱਦੇ ਦਿੱਤੇ ਹੋਣਗੇ ਆਹ ਗੱਭਰੂ ਵੀ ਅੱਜ ਜੰਗ ਦੇ ਵਿੱਚ ਖੇਡਣਾ ਹੈ ਤੇ ਰੌਣਕ ਪੂਰੀ ਲੱਗੂਗੀ ਆ ਗਿਆ ਕੈਸੋ ਕ੍ਰਿਕਟ ਦਾ ਕਿੰਗ ਮੇਰੇ ਵੀਰੋ ਕੈਸੋ ਕ੍ਰਿਕਟ ਦਾ ਪੁਰਾਣਾ ਪਾਪੀ ਆ ਗਿਆ ਪੰਪ ਗਿੱਦੜ ਬਾਹੀ ਦੀ ਧਰਤੀ ਦਾ ਆਹ ਮੁੰਡੇ ਦੀ ਵੀ ਕਹਿੰਦੇ ਬੜੀ ਚੜ੍ਹਾਈ ਹੈ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਹੈ ਅਮਨਦੀਪ ਪੰਪ ਗਿੱਦੜ ਬਾਹੀ ਵਾਲਾ ਮਾਟਾ ਫੌਜੀ ਅੱਜ ਤੇ ਵੱਡੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੈ ਗੱਲਾਂ ਚੱਲੀਆਂ ਮੇਰੇ ਮਿੱਤਰੋ ਲਓ ਸਾਹਮਣੇ ਦੇਖੋ ਮੈਚ ਬੜਾ ਹੀ ਜ਼ਬਰਦਸਤ ਵੀ ਕਿਤਾਬ ਤੇ ਹਰ ਇੱਕ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਜਿਹੜਾ ਧਰਤੀ ਨੂੰ ਭੁੱਲ ਜਾਂਦਾ ਅਸਮਾਨ ਚ ਟਿਕਦਾ ਨਹੀਂ ਚਿਰ ਬਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਨਾਮ ਜੱਗ ਤੇ ਬੱਲੇ 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 ਓਏ ਅੱਜ ਤੇ ਸਾਰਾ ਦਿਨ ਠਾੜ 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 ਹੋਣੀ ਹੈ ਅੱਜ
ਅੱਜ ਤੇ ਸਾਰਾ ਦਿਨ ਹੀ ਥਾਰ ਥਾਰ ਹੋ ਰਹੀ ਹੈ ਜੰਗ ਦਾ ਮੇਲਾ ਮੇਰੇ ਮਿੱਤਰੋ ਕਾਸੋ ਕ੍ਰਿਕਟ ਦੀ ਨਰਸਰੀ ਦੇ ਤੌਰ ਤੇ ਮੰਨਿਆ ਜਾਂਦਾ ਪਿੰਡ ਹੈ ਤੇ ਵੱਡੀ ਰੌਣਕ ਲੱਗੀ ਹੋਈ ਹੈ ਆਉਣ ਸਾਰ ਜਿਹਦੀ ਜਰਸੀ ਦੇ ਮਗਰ ਲਿਖਿਆ ਨਾ 786 ਨੰਬਰ ਪੀਰਾਂ ਦਾ ਨੰਬਰ ਹੈ ਮੇਰੇ ਵੀਰੋ ਕਿ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਆ ਮੁੰਡਾ ਕਹਿੰਦੇ ਦੋ ਵਾਰ ਸਾਤ ਅਮਰੀਕਾ ਦੀਆਂ ਗਰਾਊਂਡਾਂ ਦੇ ਵਿੱਚ ਖੇਡਿਆ ਇਹ ਹੈ ਸੋਨੂ ਪੰਪ ਗਿੱਦੜ ਵਾਹੇ ਦੀ ਧਰਤੀ ਦਾ ਓਏ ਮਿੱਡਿਆ ਜੇ ਇਹਦਾ ਡੰਡਾ ਪੱਟੇ ਸਵਾਦ ਆਊ ਮਿੱਡਾ ਦੇ ਫਿਰ ਸਵਾਦ ਸਵਾਦ ਹੈ ਪੰਪ ਤੇ ਫਿਰ ਪੰਪੀ ਹੈ ਪੁਰਾਣਾ ਪਾਪੀ ਹੈ ਸਿਆਣੇ ਕਹਿੰਦੇ ਆ ਵੀ ਬਸ ਬਸ ਹੁੰਦੀ ਠੇਲਾ ਠੇਲਾ ਹੁੰਦਾ ਹੈ ਕੰਮ ਕੰਮ ਵਿਹਲਾ ਵਿਹਲਾ ਹੁੰਦਾ ਹੈ ਪੈਸਾ ਪੈਸਾ ਧੇਲਾ ਧੇਲਾ ਹੁੰਦਾ ਹੈ ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ ਹੈ ਆ ਮਿੱਟਿਆ ਫੜ ਤਿਆਰੀ ਫਿਰ ਲੈ ਵੀ ਕੋਟ ਸੁੱਕੇ ਵਾਲਿਆ ਕਰ ਮੁੰਡੇ ਦੀ ਸਿਫਤ ਲਾ ਕਹਿੰਦੇ ਹਬੋਰ ਵਾਲਾ ਬੇਟਾ ਸਾਹਮਣੇ ਤਿਆਰ ਪਰ ਤਿਆਰ ਹੈ ਅਮਰਦੀਪ ਸਿੰਘ ਪੰਪ ਮੇਰੇ ਮਿੱਤਰੋਂ ਮਨੀਸ਼ ਗੰਗਾ ਨਗਰ ਦੇ ਲਈ ਕਹਿੰਦੇ ਖੇਡਿਆ ਵਿਦੇਸ਼ਾਂ ਦੀ ਧਰਤੀ ਪਰ ਸਾਹਮਣੇ ਰਾਜਨ ਟਰਾਈ ਕਰਦਾ ਸ਼ਰਾਮਾ ਬੋਦਲਾ ਦੀ ਧਰਤੀ ਦਾ ਦੋਵੇਂ ਟੀਮਾਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਕਹਿੰਦੇ ਚੱਲ ਕੇ ਆਈਆਂ ਤਿੰਨ ਓਵਰ ਲੇਖਾ ਜੋ ਸਾਡਾ ਵੀਰ 46 ਰਨ 46 ਰਨ ਜਿਹੜੇ ਖੇਡ ਦੇ ਮੈਦਾਨ ਵਿੱਚ ਹੋ ਚੁੱਕੇ ਆ 46 ਰਨ ਜਿਹੜੇ ਖੇਡ ਗਰਾਊਂਡ ਦੇ ਵਿੱਚ ਹੋ ਚੁੱਕੇ ਆ ਅਗਲਾ ਵਰ ਕਿਹੜੇ ਖਿਡਾਰੀ ਨੇ ਕਿਹੜੇ ਸਮੇਂ ਦੇ ਵਿੱਚ ਕਰਨਾ ਹੈ ਮੈਚ ਬੜੇ ਤਕੜੇ ਖੇਡੇ ਜਾ ਰਹੇ ਦੋਵੇਂ ਟੀਮਾਂ ਦੇ ਦਰਮਿਆਨ 46 ਰਨ 3 ਓਵਰ ਦੀ ਸਮਾਪਤੀ ਤੇ ਹਾਂਜੀ ਪਿੰਡ ਵਾਲਾ ਹੀ ਪਾਊਗਾ ਵੀਰੇ ਪਿੰਡ ਵਾਲਾ ਹੀ ਮੈਂ ਦੱਸਦਾ ਨਾ ਬੜਾ ਟੈਨਸ਼ਨ ਨਾ ਲੈ ਇੱਕ ਮਿੰਟ ਡਾਕਟਰ ਮੇਰੀ ਬੇਨਤੀ ਉਹ ਕਹਿੰਦੇ ਵੀ ਪਿੰਡ ਵਾਲਾ ਹੀ ਪਾ ਸਕਦਾ ਬਾਲ ਪਿੰਡੀ ਦਾ ਪਲੇਅਰ ਕਿਹੜਾ ਓਵਰ ਪਾਊਗਾ ਉਹ ਦੋ ਓਵਰ ਪਾ ਸਕਦਾ ਬਾਕੀ ਇੱਕ ਇੱਕ ਲਾਉਣਗੇ ਅੰਬਰ ਨੇ ਮੇਰੇ ਕਮੇਟੀ ਲਾਓ ਸਾਹਮਣੇ ਕਹਿੰਦੇ ਪਹਿਲਾ ਡੱਕ ਹੋ ਗਿਆ ਕਮੇਟੀ ਤੋਂ ਗਲਤੀ ਹੈ ਕਿਉਂਕਿ ਪਹਿਲੇ ਮੈਚ ਦੇ ਵਿੱਚ ਹੋ ਗਿਆ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਇੱਧਰ ਪੰਜਾਬ ਭਰ ਦੀਆਂ ਚੋਟੀ ਦੀਆਂ ਟੀਮਾਂ ਆ ਕਹਿੰਦੇ ਗੁਰਜਿੰਦਰ ਦਾ ਯਾਰ ਪਿੰਦਰ ਆ ਸਾਹਮਣੇ ਵੇਖੋ ਮੇਰੇ ਮਿੱਤਰੋ ਸਵਾਦ ਹੀ ਕਰ ਦਿੱਤਾ ਹੈਪੀ ਆ ਸਾਹਮਣੇ ਖੇਡ ਦੇ ਮੈਦਾਨ ਵਿੱਚ ਵੀ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਲੱਕੀ ਵਾਪਸ ਆਊਟ ਹੋ ਕੇ ਤੇ ਗਿੱਦੜਬਾਈ ਦੀ ਧਰਤੀ ਦਾ ਕਹਿੰਦੇ ਜਸ਼ਨ ਆ ਗਿਆ ਵੀ ਗੱਲ ਸੱਚੀ ਸੱਚੀਆਂ ਦੀ ਦੱਬ ਕੇ ਬਾਹੀਏ ਰੱਜ ਕੇ ਖਾਈਏ ਥੋੜਾ ਖਾਈਏ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਾਈਏ ਉਹ ਪੌੜੀ ਪਰਖ ਲਈਏ ਤੇ ਪੈਰ ਨੂੰ ਜਿਸ ਪੌੜੀ ਤੇ ਧਰੀਏ ਰੋਟੀ ਹੱਕ ਦੀ ਖਾਈਏ ਜੀ ਤੇ ਭਾਵੇਂ ਬੂਟ ਮਾਲਸ਼ਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਸ਼ਰਾਮਾ ਬੋਦਲਾ ਵਾਲਿਆ ਦੋ ਸਾਲ ਥੋੜੀ ਚੜਾਈ ਹੈ ਪਰ ਸਾਹਮਣੇ ਅਮਰਦੀਪ ਸਿੰਘ ਪੰਪ ਹੈ ਹੈਪੀ ਵੀ ਵੱਡੇ ਵੱਡਿਆਂ ਨੂੰ ਕਹਿੰਦੇ ਪੁੱਠੇ ਕਰਦਾ ਹੈ ਵੱਡੇ ਵੱਡਿਆਂ ਨੂੰ ਕਹਿੰਦੇ ਪੁੱਠੇ ਕਰਦਾ ਹੈ ਅੱਜ ਜੰਗ ਦੀ ਧਰਤੀ ਹੈ ਮੇਲਾ ਭਰਾਵਾਂ ਦਾ ਕਹਿੰਦੇ ਹੱਥ ਹੋਇਆ ਸਰਾਇਆ ਬਾਬੇ ਕਾਲੇ ਮਿਹਰ ਦੀ ਨਗਰ ਤੇ ਕਹਿੰਦੇ ਫੁੱਲ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਕਹਿੰਦੇ ਬੇਰਾ ਉਧਰ ਪ੍ਰਸ਼ਾਦੇ ਪਾਣੀ ਵੀ ਕਲੇਰਾਂ ਵਾਲਾ ਤਿਆਰ ਪਰ ਤਿਆਰ ਹੈ ਮੈਂ ਪਿਛਲੇ ਸਾਲ ਦੇਖਿਆ ਟੀਮਾਂ ਲੇਟ ਆਉਂਦੀਆਂ ਸੀ ਪ੍ਰਸ਼ਾਦਾ ਪਾਣੀ ਪਹਿਲਾਂ ਆ ਜਾਂਦਾ ਸੀ ਉਹ ਮੇਰਾ ਪੰਜਾਬੀਆਂ ਦੇ ਨਗਰ ਦੀ ਕਹਿੰਦੇ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਤੱਕ ਹੈ ਪਰ ਇਧਰ ਸਾਹਮਣੇ ਅੱਜ ਦੇ ਸਮੇਂ ਦੀ ਅੱਜ ਦੀ ਘੜੀ ਦੀ ਗੱਲ ਹੈ ਜਿਹੜੀ ਸਾਹਮਣੇ ਮੈਚ ਦੀ ਖੇਡ ਦੇ ਮੈਦਾਨ ਵਿੱਚ ਡਾਕਟਰ ਨੂੰ ਕਹਿੰਦੇ ਭੁਲੇਖੇ ਦੇ ਪਏ ਆ ਕਿਉਂਕਿ ਬਾਲ ਛੱਡਾਂ ਦੇ ਕਹਿੰਦੇ ਇੱਕ ਥੰਮ ਦੇ ਵਿੱਚ ਵੱਜੀ ਹੈ ਪਰ 2 ਰਨ ਦਾ ਵਾਧਾ ਅਮਨਦੀਪ ਨੇ ਕਰ ਦਿੱਤਾ ਬਾਲ ਹੈਪੀ ਦੀ ਸਾਹਮਣੇ ਗਿੱਦੜਬਾਈ ਦੀ ਧਰਤੀ ਦਾ ਅਮਨਦੀਪ ਸਿੰਘ ਨਾਇਰ ਤੇ ਬੈਕ ਤੇ ਕਲੇਰਾ ਵਾਲਾ ਯਾਰ ਲਓ ਸਾਹਮਣੇ ਕਹਿੰਦੇ ਹੈਪੀ ਮੇਰੇ ਵੀਰੋ ਸ਼ਰਾਮਾ ਬੋਦਲਾ ਵਾਲਾ ਹੈਪੀ ਸ਼ਰਾਮਾ ਬੋਦਲਾ ਦੀ ਧਰਤੀ ਦਾ ਬਾਲ ਪਾਉਣ ਲਈ ਵਾਧਾ ਹੋਇਆ ਇੱਕ ਟੀਮ ਹੈ ਮਲੋਟ ਏਰੀ ਦੀ ਮੇਰੇ ਵੀਰੋ ਸ਼ਰਾਮਾ ਬੋਦਲਾ ਇੱਕ ਟੀਮ ਹੈ ਬਾਬੇ ਬੋੜ ਦੇ ਪਿੰਡ ਦੀ ਕਹਿੰਦੇ ਬਾਬੇ ਗੁਰਦਾਸ ਮਾਂ ਦੇ ਨਗਰ ਦੀ ਟੀਮ ਪੁੱਜੀ ਹੋਈ ਹੈ ਉਹ ਪੱਲੇ ਇਧਰਲੇ ਪਾਸੇ ਮੁੰਡਾ ਕੌਣ ਹੈ
ਪੰਪ ਗਿੱਦੜ ਬਾਹੇ ਦੀ ਧਰਤੀ ਦਾ ਇਹ ਹੈ ਅਮਰਦੀਪ ਸਿੰਘ ਕੋਈ ਸੋਨੂ ਕਹਿ ਦਿੰਦਾ ਕੋਈ ਪੰਪ ਕਹਿ ਦਿੰਦਾ ਤੇ ਕੋਈ ਅਮਰਦੀਪ ਕਹਿੰਦਾ ਪਰ ਆਪਾਂ ਤੇ ਪੰਪ ਹੀ ਆਖਾਂਗੇ ਕਿਉਂਕਿ ਦੁਨੀਆਂ ਦੇ ਜਿਹੜਾ ਨਾਮ ਬੰਦੇ ਨੂੰ ਦੇ ਦਿੱਤਾ ਉਸੇ ਨਾਲ ਹੀ ਬੰਦਾ ਫੇਮਸ ਹੋ ਜਾਂਦਾ ਹੈ ਪੰਪ ਗਿੱਦੜ ਬਾਹੇ ਦੀ ਧਰਤੀ ਦਾ ਇਹ ਹੈਪੀ ਜੇ ਦਾ ਡੰਡਾ ਸਵਾਦ ਵੀ ਹੱਟ ਪਿੱਛੇ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਕਾਸੇ ਕ੍ਰਿਕਟ ਦਾ ਵੱਡਾ ਗੁਲਾਬ ਅੱਜ ਜੰਗ ਦੀ ਧਰਤੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਮੇਰੇ ਵੀਰੋ ਵੱਡੀ ਰੌਣਕ ਲੱਗੀ ਹੋਈ ਹੈ ਤੇ ਪਹਿਲਾਂ ਦਾ ਨਾ ਅੱਜ ਦੇ ਖੇਡ ਮੇਲੇ ਦਾ ਅਰਸ਼ ਕਹਿੰਦਾ ਬਲ ਚੱਕ ਲਿਆਓ ਅਰਸ਼ ਕਹਿੰਦਾ ਵੀ ਬਲ ਚੱਕ ਕੇ ਲੈ ਆਓ ਲਓ ਹੈਪੀ ਹੈਪੀ ਹੋ ਤਕੜਾ ਜੇ ਪੰਪ ਆਊਟ ਕਰ ਲਿਆ ਸਮਝ ਲਾ ਕੁਝ ਵੱਖਰਾ ਹੋ ਗਿਆ ਜੇ ਪੰਪ ਆਊਟ ਕਰ ਲਿਆ ਹੈਪੀ ਸਰਾਵਾ ਬੋਦਲਾ ਵਾਲਾ ਹੈਪੀ ਸਰਾਵਾ ਵੱਧ ਆਇਆ ਤੇ ਸਾਹਮਣੇ ਪੰਪ ਗਿੱਦੜ ਬਾਹੇ ਦੀ ਧਰਤੀ ਦਾ ਰਣ ਹੋਵੇਗਾ ਸਿੰਗਲ ਆ ਮੁੰਡੇ ਦੀ ਕਹਿੰਦੇ ਛੋਟੀ ਉਮਰ ਹੈ ਪਰ ਉਧਰਲੇ ਪਾਸੇ ਫੈਸਲਾ ਹੋ ਗਿਆ ਵੀ ਓਵਰ ਜਿਹੜਾ ਸਮਾਪਤ ਹੈ ਦੱਸੋ ਭਾਜੀ ਚੀਨੂ ਜੀ ਚਾਰ ਓਵਰ ਦੀ ਸਮਾਪਤੀ ਤੇ 65 ਸਕੋਰ ਨੇ ਗਿੱਦੜ ਬਾਹੇ ਦੀ ਟੀਮ ਦੇ ਚਾਰ ਓਵਰ ਤੇ 65 ਰਨ ਜਿਹੜੇ ਗਿੱਦੜ ਬਾਹੇ ਦੀ ਟੀਮ ਦੇ ਵਾਕਈ ਮੈਚ ਬੜੇ ਤਕੜੇ ਖੇਡੇ ਆ ਰਹੇ ਹੈ ਵੀ ਹੱਥ ਉੱਤੇ ਹੱਥ ਰੱਖ ਕੇ ਮਿਲਦੀ ਨੀ ਰੋਟੀ ਕਿ ਵਿਹਲਾ ਬੰਦਾ ਬੈਠਾ ਸੋਚੇ ਮੇਰੀ ਕਿਸਮਤ ਖੋਟੀ ਕਰ ਦਸਾਂ ਨੋਹਾਂ ਦੀ ਕਿਰਤ ਉਹਦੀ ਰਜਾ ਵਿੱਚ ਰਹਿਣਾ ਉਹਨੂੰ ਭਾਈ ਆਉਂਦਾ ਏ ਵੀ ਰੱਖ ਰੱਖ ਤੇ ਯਕੀਨ ਕਦੇ ਮਰਦਾ ਨੀ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚੰਨ ਪਾਈ ਆਉਂਦਾ ਏ ਲੈ ਵੀ ਵਿੱਕੀ ਝੋਕ ਵਾਲਿਆ ਜਿੱਤ ਨੂੰ ਭੁੱਖ ਲੱਗੀ ਤੇ ਪ੍ਰਸ਼ਾਦਾ ਬਣੀ ਚੱਲ ਰਿਹਾ ਹੈ ਤੁਸੀਂ ਜ਼ਰੂਰ ਛਕਣਾ ਹੈ ਬਹੁਤ ਵਧੀਆ ਪ੍ਰਬੰਧ ਸਾਡੇ ਭਰਾਵਾਂ ਨੇ ਕੀਤੀ ਹੋਏ ਹੈ ਅੱਜ ਜੰਗ ਦਾ ਮੇਲਾ ਹੈ ਬਿੱਟੂ ਕਹਿੰਦਾ ਕਲੇਰਾਂ ਵਾਲਿਆ ਜੰਗ ਦੇ ਵਿੱਚ ਬੋਲਣਾ ਹੈ ਮੈਂ ਕਿਹਾ ਕੋਈ ਗੱਲ ਨੀ ਭਾਜੀ ਪ੍ਰੈਣ ਦਾ ਮੇਲਾ ਵੀ ਆਪਾਂ ਨੂੰ ਬਰਾਬਰ ਹੈ ਤੇ ਜੰਗ ਦਾ ਮੇਲਾ ਵੀ ਆਪਾਂ ਨੂੰ ਬਰਾਬਰ ਹੀ ਹੈ ਆਪਾਂ ਸਾਰੀ ਜਗ੍ਹਾ ਐਡਜਸਟਮੈਂਟ ਕਰਨੀ ਹੈ ਲਓ ਇਧਰਲੇ ਪਾਸੇ ਸਰਾਵਾ ਬੋਦਲਾ ਵਾਲਾ ਰਾਜਨ ਸਰਾਵਾ ਬੋਦਲਾ ਦੀ ਧਰਤੀ ਦਾ ਤੇ ਸਾਹਮਣੇ ਦੇਖੋ ਇਹ ਮਾਈਕੋ ਵਾਲਾ ਪੰਪ ਨੀ ਇਹ ਤਾਕਤਵਰ ਪੰਪ ਹੈ ਮੇਰੇ ਮਿੱਤਰੋ ਪੰਪ ਗਿੱਦੜ ਬਾਹੇ ਦੀ ਧਰਤੀ ਦਾ ਐਨ ਮੇਲਾ ਚੁੱਟੀ ਦਾ ਮੇਲਾ ਸਿਰੇ ਦਾ ਮੇਲਾ ਅੱਤ ਦਾ ਮੇਰੇ ਮਿੱਤਰੋ ਲਓ ਸਾਹਮਣੇ ਬਾਲ ਪਾਉਣ ਲਈ ਸਰਾਵਾ ਬੋਦਲਾ ਵਾਲਾ ਅਗਲੀ ਬਾਲ ਖੇਡਦੇ ਮੈਦਾਨ ਅੰਦਰ ਦੇ ਪੰਪ ਬੱਲੇ 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 ਸਵਾਦ ਹੈ ਰਣ ਹੋਣਗੇ ਚਾਰ ਰਣ ਹੋਣਗੇ ਚਾਰ ਖੇਡਦੇ ਮੈਦਾਨ ਅੰਦਰ ਵੱਡਾ ਮੇਲਾ ਐਨ ਕਹਿੰਦੇ ਅੱਜ ਮੰਡੀ ਦੇ ਵਿੱਚ ਰੌਣਕ ਲੱਗੀ ਹੋਈ ਹੈ ਜਿੱਥੇ ਲਿਖਿਆ ਹੋਇਆ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਜੰਗ ਤੇ ਅੱਜ ਜੰਗ ਦੀ ਕਹਿੰਦੇ ਮੰਡੀ ਦੇ ਵਿੱਚ ਕਾਸਕੋ ਦਾ ਗੁਲਾਬ ਖੇਡਿਆ ਹੋਇਆ ਹੈ ਲਓ ਅਗਲੀ ਬਾਲ ਪਾਉਣ ਦੇ ਲਈ ਫਿਰ ਸਰਾਵਾ ਬੋਦਲਾ ਵਾਲਾ ਵਾਧਾ ਹੋਇਆ ਤੇ ਸਾਹਮਣੇ ਤਿੰਨ ਕੇ ਛੱਕਾ ਮਾਰਿਆ ਮੁੰਡੇ ਨੇ ਐਨ ਕਹਿੰਦੇ ਤਿੰਨ ਕੇ ਛੱਕਾ ਮਾਰਿਆ ਹੈ ਦੁਨੀਆਂ ਨੂੰ ਦੱਸਣਾ ਨੀ ਪੈਂਦਾ ਵੀ ਪੰਪ ਅਮਨਦੀਪ ਕਿਹੜੀ ਬਲਾ ਦਾ ਨਾਂ ਹੈ ਮੇਰੇ ਵੀਰੋ ਕਿਹੜੀ ਬਲਾ ਦਾ ਨਾਂ ਹੈ ਉਹ ਸਰਾਵਾ ਬੋਦਲਾ ਵਾਲਿਆ ਉਹ ਰਾਜਾ ਇਹਦਾ ਡੰਡਾ ਪੱਟਣਾ ਪਊ ਇਹਦਾ ਡੰਡਾ ਪੱਟਣਾ ਪਊ ਪਰ ਜੇ ਡਾਕਟਰ ਦਾ ਕਹਿੰਦੇ ਬੱਲਾ ਚੱਲ ਗਿਆ ਤੇ ਗੱਲਾਂ ਕੁਝ ਵੱਖਰੀਆਂ ਹੋਣਗੀਆਂ ਮੇਰੀ ਵੀਰੋ ਪੰਪ ਗਿੱਦੜ ਬਾਹੇ ਦੀ ਧਰਤੀ ਦਾ ਲੈ ਵੀ ਬਿੱਟੂ ਕਰ ਮੁੰਡੇ ਦੀ ਸਿਫਤ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਕਹਿੰਦੇ ਨਾਇਰ ਰਾਜਨ ਕੋਈ ਟੋਪੀ ਕਹਿੰਦਾ ਸਰਾਵਾ ਬੋਦਲਾ ਦੀ ਧਰਤੀ ਦਾ ਖੇਡ ਦੇ ਮੈਦਾਨ ਵਿੱਚ ਕਿ ਮੁੱਲ ਨਾ ਮਿਲੇ ਜਿਗਰੇ ਜਹਾਨ ਵਿੱਤੇ ਵਿੱਚ ਬਾਜ਼ਾਰ ਦੇ ਠੋਕੀਆਂ ਪੈਣ ਜੱਟਾ ਜਿਹੜੇ ਮੁੱਲ ਵੇਚਦੇ ਕਦੇ ਵੀ ਗੁਨਾਹਾਂ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਖੀ ਨਾਲ ਰਹਿਣ ਦਿੱਤਾ ਲਾ ਮੈਚ ਬੜੇ ਤਕੜੇ 2:10 ਮਿੰਟ ਦਾ ਸਮਾਂ ਹੈ ਲਾਸਟ ਮੈਚ ਹੈ ਕਹਿੰਦੇ ਪਹਿਲੇ ਰਾਊਂਡ ਦਾ ਇਸ ਤੋਂ ਬਾਅਦ ਵੀ ਕਹਿੰਦੇ ਪਟਾਕੇ ਹੀ ਪੈਣੇ ਹੈ ਤੇ ਲਾਸਟ ਹੀ ਮੇਰੇ ਹਿਸਾਬ ਨਾਲ ਓਵਰ ਹੈ ਪਹਿਲੇ ਐਪੀਸੋਡ ਦਾ ਲਾ ਸਰਾਵਾ ਬੋਦਲਾ ਦੀ ਧਰਤੀ ਦਾ ਦੂਸਰੇ ਪਾਸੇ ਪੰਪ ਦੀ ਕਹਿੰਦੇ ਟਰਾਈ ਹੈ ਐਂਡ ਸਰਾਵਾ ਬੋਦਲਾ ਦੇ ਝੱਗੇ ਦਾ ਮੇਚਾ ਲੈਣਾ ਪੈਣਾ ਫੇਰ ਸਹਾਰਾ ਲੈ ਹੁਣ ਡਾਕਟਰ ਉਹ ਬੰਦਾ ਪੈਣਾ ਜਿਹੜਾ ਸਹਿਮ ਜਿੱਤੇ ਹਾਰਲੇ ਜਿੱਤਿਆਂ ਤੇ ਬੜਿਆ ਸੀ ਨਾ ਗੱਲਾਂ ਧਰਮਕੋਟ ਦੇ ਖੇਡ ਮੇਲੇ ਦੀਆਂ ਇੱਧਰ ਦੋਵੇਂ ਟੀਮਾਂ ਤੇ ਦੋਵੇਂ ਟੀਮਾਂ ਬੰਦੀਆਂ ਪਰ ਬੰਦੀਆਂ ਮਾਲਵੇ ਦੀਆਂ ਦੱਸੋ ਜੀ ਕਿੰਨੇ ਦਾ ਟਾਰਗੇਟ ਹੈ
ਲਾਲ 84 ਰਨ ਦਾ ਟਾਰਗੇਟ ਆ, ਮੈਚ ਬਣ ਗਿਆ, ਮੈਚ ਫਸ ਗਿਆ, ਮੈਚ ਕਹਿੰਦੇ ਹਨ ਸਿਰੇ ਲੱਗ ਗਈ ਆ ਦੋਵੇਂ ਟੀਮਾਂ ਦੀ ਕਹਾਣੀ। ਗਿੱਦੜ ਬਾਹਾ ਤੇ ਸਰਾਵਾਂ ਬੋਦਲਾ, ਸਰਾਵਾਂ ਬੋਦਲਾ ਤੇ ਗਿੱਦੜ ਬਾਹੇ ਦਾ ਮੈਚ ਕਰੇ ਆਲੇ ਦਰਜੇ ਦਾ ਤਕੜਾ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਦੇ ਕਹਿੰਦੇ ਚੋਟੀ ਦੇ ਖਿਡਾਰੀ ਹੈ ਖੇਡਦੇ ਬਰਾਂਡ ਵਿੱਚ, ਵੀ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ। ਉਧਰ ਜਿੰਨੀਆਂ ਵੀ ਸਾਡੀਆਂ ਮਾਂ ਚੋਂ ਸ਼ਖੀਅਤ ਹੈ, ਸਰਕਾਰ ਦੇ ਜੋ ਸ਼ਖੀਅਤ ਹੈ, ਐਨਆਰਈ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੈ, ਜਿਹਨਾਂ ਸੜਕਾਂ 'ਚ ਵੱਡੀ ਰੌਣਕ ਲੱਗੀ ਹੈ, ਮੈਂ ਤੇ ਸਾਰਿਆਂ ਦਾ ਧੰਨਵਾਦ ਕਰਾਂਗਾ ਕਿਉਂਕਿ ਵੱਡਾ ਵੇਲਾ ਕਹਿੰਦੇ ਇਸ ਧਰਤੀ ਦੇ। ਉਧਰ ਸੋਢੀ ਨਗਰ ਦੀ ਟੀਮ ਗਿੰਦੇ ਵਰਗੇ ਯੋਧੇ ਵਰਗੇ ਪੁੱਜੇ ਹੋਏ ਆ, ਧੰਨਵਾਦ ਹੈ ਨਾਲ ਬ੍ਰਹਮ ਵਰਗੇ ਭਰਾ ਸਾਡੇ ਤੇ ਨਾਲ ਜਿੰਨੇ ਵੀ ਕਹਿੰਦੇ ਐਨ ਚਿੱਲੀ ਫਿਰੋਜ਼ਪੁਰੀ ਹੈ ਇਸੇ ਰੀਰਾ ਵਧੀਆ ਖਿਡਾਰੀ, ਸਾਰੇ ਚੋਟੀ ਦੇ ਖਿਡਾਰੀ, ਸੇਵਕ ਏਟਾ ਵਾਲੀ ਪਿੰਡ ਦਾ ਨਾਲ ਜਵਾਨਾਂ ਦੀ ਟੀਮ ਜੋਤੀ ਲੈਪੋ ਵਾਲਾ, ਸਾਰੇ ਵੀਰਾਂ ਵਰਗੇ ਆਏ ਹੈ, ਸਾਰੇ ਭਰਾਵਾਂ ਦਾ ਧੰਨਵਾਦ। ਮੈਚ ਕਰੀਏ ਸ਼ੁਰੂ ਤੇ ਮੈਚ ਦੇ ਧਰਮਾਂ ਖਲੇਰ। ਵਾਹ ਜੀ ਵਾਹ, ਵਾਕਈ ਕੋਟਸੂਰੀਆਂ ਵਾਲੇ ਨੇ ਦੱਸਿਆ ਵੀ ਪੰਜਾਬ ਦੇ ਚੋਟੀ ਦੇ ਪਲੇਅਰਾਂ ਦੇ ਜੰਗ ਦੇ ਵਿੱਚ ਆਏ ਹੋਏ ਹੈ, ਆਪਾਂ ਬਹੁਤ ਵੱਡਾ ਧੰਨਵਾਦ ਕਰਾਂਗੇ ਸਾਡੇ ਸਾਰੇ ਸਹਿਯੋਗੀ ਭਰਾਵਾਂ ਦਾ। ਰਾਜ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਵੱਲੋਂ 30,000 ਰੁਪਏ ਦਾ ਸਹਿਯੋਗ ਦਿੱਤਾ ਗਿਆ, ਆਪਾਂ ਬਹੁਤ ਵੱਡਾ ਧੰਨਵਾਦ ਕਰਾਂਗੇ। ਗੁਰਜੰਟ ਸੰਧੂ ਤੇ ਗੁਰਜਿੰਦਰ ਸੰਧੂ ਆਰਮੀ ਵਾਲੇ ਭਰਾ ਸਾਡੇ 21,000 ਰੁਪਏ ਦਾ ਸਹਿਯੋਗ ਇਹਨਾਂ ਭਰਾਵਾਂ ਦੇ ਵੱਲੋਂ ਦਿੱਤਾ ਗਾ, ਆਪਾਂ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਨਾਲ ਹੀ ਵਰਸਪਿੰਦਰ ਸੰਧੂ ਡਾਕਟਰ ਗੋਰਾ 15,000 ਰੁਪਏ, ਦਿਲਬਾਗ ਸੰਧੂ ਜੀ 11,000 ਰੁਪਏ, ਜਸਪਾਲ ਸੰਧੂ ਜੀ ਕੈਨੇਡਾ 5,100 ਰੁਪਏ, ਪਰਮਿੰਦਰ ਸੰਧੂ ਕੈਨੇਡਾ 5,100 ਰੁਪਏ, ਲਾਭਪ੍ਰੀਤ ਕੈਨੇਡਾ, ਲਾਭਪ੍ਰੀਤ ਸੰਧੂ ਕੈਨੇਡਾ 5,100 ਰੁਪਏ, ਯਾਦਵਿੰਦਰ ਸੰਧੂ ਆਸਟ੍ਰੇਲੀਆ 5,100 ਰੁਪਏ, ਦਿਦਾਰਜੀਤ ਸੰਧੂ ਕੈਨੇਡਾ 5,100 ਰੁਪਏ, ਕੀਰਤ ਸੰਧੂ ਸਾਈਪ੍ਰਸ 5,100 ਰੁਪਏ, ਨਰਿੰਦਰਪਾਲ ਨੀਟਾ 5,100 ਰੁਪਏ, ਪ੍ਰੇਮ ਕੁਮਾਰ ਪੱਪੂ ਜੀ 5,100 ਰੁਪਏ, ਜਸਮੀਤ ਸੰਧੂ ਕੈਨੇਡਾ 5,100, ਗਗਨਦੀਪ ਸੰਧੂ ਕੈਨੇਡਾ 5,100 ਰੁਪਏ, ਅਜੇਪਾਲ ਸੰਧੂ ਕੈਨੇਡਾ 5,100, ਯਾਨੀ ਕਿ ਖੁਸ਼ਕਰਨ ਸੰਧੂ ਆਸਟ੍ਰੇਲੀਆ ਵਾਲਾ ਇਸ ਭਰਾ ਦੇ ਵੱਲੋਂ ਵੀ 5,100 ਰੁਪਏ ਦਾ ਸਹਿਯੋਗ ਹੈ। ਸਿਮਰਜੀਤ ਸੰਧੂ ਜੀ 3,100 ਰੁਪਏ, ਨਰੇਸ਼ ਕੁਮਾਰ ਬਾਦਲ ਜੀ 3,100 ਰੁਪਏ, ਡਾਕਟਰ ਗੁਰਜੰਤ ਸੰਧੂ ਜੀ 3,100 ਰੁਪਏ, ਨਵਜੋਤ ਸੰਧੂ ਜੀ 3,100 ਰੁਪਏ। ਬਹੁਤ ਬਹੁਤ ਧੰਨਵਾਦ। ਸਾਡੇ ਸਾਰੇ ਸਹਿਯੋਗੀ ਭਰਾਵਾਂ ਦਾ ਧੰਨਵਾਦ ਕਰਾਂਗੇ। ਬਾਕੀ ਜਿਹੜੇ ਵੀਰਾਂ ਦੇ ਨਾਂ ਰਹਿ ਗਏ ਆ, ਆਪਾਂ ਮੈਚ ਦੇ ਹਿਸਾਬ ਦੇ ਨਾਲ ਆਪਾਂ ਨਾਂ ਜਿਹੜੇ ਨਾਲ ਵੀਰਾਂ ਦੇ ਸਾਂਝੇ ਕਰਾਂਗੇ, ਕਿਉਂਕਿ ਕਿਸੇ ਨੇ 10, ਕਿਸੇ ਨੇ 20, ਕਿਸੇ ਨੇ 5 ਰੁਪਏ ਇਸ ਖੇਡ ਮੇਲੇ ਲਈ ਦਿੱਤੇ ਆ। ਆਪਾਂ ਸਾਰੇ ਭਰਾਵਾਂ ਦਾ ਗਹਿ ਗੱਡਵਾਂ ਧੰਨਵਾਦ ਕਰਾਂਗੇ। ਇੱਧਰ ਮੈਚ ਨਹੀਂ, ਜੰਗ ਸ਼ੁਰੂ ਹੋ ਜਾ ਰਹੀ ਹੈ ਖੇਡ ਦੇ ਮੈਦਾਨ ਅੰਦਰ। 84 ਰਨ ਦਾ ਟਾਰਗੇਟ ਹੈ। ਮੈਂ ਚੀਨੂ ਨੂੰ ਪੁੱਛਿਆ ਵੀ ਸੁਬਹ ਦੇ ਕਿੰਨੇ ਪਿੰਨ ਘਸ ਗਏ ਹੈ। ਹਾਂਜੀ ਬਾਲਾ ਜੀ, ਨਵੀਂ ਜੀ ਨਵੀਂ ਬਾਲ ਨਹੀਂ ਵੀਰੇ, ਹਰਮਨ ਧੁਰੀ ਦੱਸੋ ਬਾਈ, ਪਹਿਲਾਂ ਕਿਹੜੀ ਲੱਗੀ ਸੀ ਬਾਈ? ਪੁਰਾਣੀਆਂ ਸੀ ਨਾ ਪਹਿਲਾਂ ਵੀ? ਬਸ ਠੀਕ ਆ ਬਾਈ, ਜਿਵੇਂ ਮੈਚ ਦੇ ਹਿਸਾਬ ਨਾਲ ਜਿਵੇਂ ਹੈਗੀ ਵੀਰੇ ਡਿਸੀਜਨ ਉਦੋਂ ਚੱਲਣਗੇ। ਜੋਨਾ ਵਾਰੀ ਵੀ ਪੁਰਾਣੀ ਸੀ ਤੇ ਹੁਣ ਵੀ ਵੀਰੇ ਪੁਰਾਣੀ ਲੱਗੂਗੀ, ਰੂਲ ਸਾਰਿਆਂ ਲਈ ਇੱਕੋ ਹੋਣਗੇ। ਲਓ ਮੈਚ ਚੋਟੀ ਦਾ ਹੈ, ਡਾਕਟਰ 84 ਹੈ ਤੇ ਹੁਣ 84 ਤੂੰ ਕੱਟਣੀ ਹੈ, ਕਿਹਦੀ ਕਿਹਦੀ ਕੱਟਣੀ ਹੈ ਸਮਾਂ ਦੱਸੂ। ਆਤਮੇ ਭਰਾ ਨੂੰ ਬੇਨਤੀ ਹੈ ਵੀ ਚੀਨੂ ਨਾਲ ਜ਼ਰੂਰ ਸੰਪਰਕ ਕਰ ਲਵੇ, ਕਿਉਂਕਿ ਮੈਚ ਬੜੇ ਤਕੜੇ ਖੇਡੇ ਆ ਰਹੇ ਹੈ। ਲਓ 84 ਰਨ ਦਾ ਟਾਰਗੇਟ ਮੇਰੇ ਵੀਰੋ। ਪਹਿਲੇ ਓਵਰ ਦੀ ਸ਼ੁਰੂਆਤ ਵਿੱਕੀ ਕੰਗਰ ਪਰਿਵਾਰ ਦਾ ਖਿਡਾਰੀ, ਗਿੱਦੜ ਬਾਹੇ ਦੀ ਧਰਤੀ ਦਾ ਤੇ ਸਾਹਮਣੇ ਸਰਦਾਰ ਦਰਸ਼ਨ ਸਿੰਘ ਫੌਜੀ ਦਾ ਲਾਡਲਾ ਸੁਪੱਤਰ ਮੇਰੇ ਵੀਰੋ। ਇਹ ਹੈ ਡਾਕਟਰ ਬਠਿੰਡੇ ਦੀ ਧਰਤੀ ਦਾ ਪਹਿਲੀ ਬਾਲ ਵਿੱਕੀ ਦੀ ਤੇ ਪਹਿਲੀ ਬਾਲ ਕੋਟ ਸੁਖੀਏ ਵਾਲਿਆ, ਕੱਲੀ ਕੱਲੀ ਬਾਲ ਤੇ ਸਵਾਦ ਆਊ ਤੇ ਕਰ ਮੁੰਡੇ ਦੀ ਸਿਫਤ। ਐਨ ਮੈਚ ਕਹਿੰਦੇ ਚੋਟੀ ਦਾ ਤੇ ਮੈਚ ਕਹਿੰਦੇ ਕਾਟੇਦਾਰ ਖੇਡਿਆ ਜਾ ਰਿਹਾ ਹੈ।
ਨਾ ਦੋਵੇਂ ਟੀਮਾਂ ਦੇ ਦੋਵੇਂ ਖਿਡਾਰੀ ਕਹਿੰਦੇ ਸਿਰੇ ਦੇ ਹੈ ਨਿੱਕੀ ਖਿੱਦੜਬਾਜੀ ਧਰਤੀ ਦਾ ਖੇਡ ਦੇ ਮੈਦਾਨ ਵਿੱਚ ਸਾਹਮਣੇ ਕੌਣ ਹੈ ਇਹ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਪਰ ਵਿੱਕੀ ਨੇ ਕਮਾਲ ਕਰ ਦਿੱਤਾ ਹੈ ਵਾਕਈ ਕਹਿੰਦੇ ਹਰ ਇੱਕ ਦਿਨ ਐਤਵਾਰ ਨਹੀਂ ਹੁੰਦਾ ਜੇ ਸਾਰੇ ਦਿਨ ਐਤਵਾਰ ਹੁੰਦੇ ਤੇ ਸਕੂਲ ਕਿਹਨੇ ਵੜਨਾ ਸੀ ਨਾ ਕਮਾਲ ਹੀ ਕਰ ਦਿੱਤੀ ਗੱਭਰੂ ਨੇ ਡਾਕਟਰ ਬਠਿੰਡੇ ਵਾਲਾ ਆਊਟ ਕੀ ਕਹਿੰਦੇ ਵਾਪਸ ਹੈ ਜਲਦੀ ਨਾਲ ਵੱਡੀ ਸੂਈ ਕਹਿੰਦੇ ਜਿਹੜੀ ਖੇਡ ਦੇ ਮੈਦਾਨ ਤੇ ਡਿੱਗੀ ਹੈ ਸਵਾਲ ਹੈ ਕਹਿੰਦੇ ਖੇਡ ਦੀ ਦੁਨੀਆ ਦਾ ਹੈ ਅੱਜ ਜੰਗ ਦੀ ਧਰਤੀ ਕੇ ਜੰਗ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਸ਼ੌਕ ਬਗਾਉਂਦੇ ਨੇ ਦਸਾਂ ਦੀ ਕਿਰਤ ਕਮਾਈ ਤੇ ਖੇਡਾਂ ਪਰ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟੜਕਾ ਕੇ ਰਾਜੇ ਖੇਲੇ ਸੌ ਰੱਬ ਦੀ ਤੇ ਮੁੰਡੇ ਜੱਫੀਆਂ ਪਾ ਕੇ ਮੇਰਾ ਕਹਿੰਦੇ ਧੰਤਨ ਬਾਬਾ ਕਾਲਾ ਮਰ ਜੀ ਜਿਹਨਾਂ ਦੀ ਯਾਦ ਵਿੱਚ ਵੱਡਾ ਮੇਲਾ ਹੈ ਤੇ ਵੱਡੇ ਮੇਲੇ ਤੇ ਵੱਡੇ ਜਿਹੜੇ ਦਸਵੰਤ ਭੇਜੇ ਹੋਏ ਹੈ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਭਰਾਵਾਂ ਨੇ ਲਓ ਆ ਗਿਆ ਕਹਿੰਦੇ ਬਿੰਡਾ ਮੇਰੇ ਮਿੱਤਰੋ ਹਬੋਰ ਦੀ ਧਰਤੀ ਦਾ ਮੁੰਡਾ ਰਜਤ ਪਰਿਵਾਰ ਦੇ ਵਿੱਚੋਂ ਹੈ ਬੜੀ ਚੜ੍ਹਾਈ ਆ ਪੰਜਾਬ ਦੇ ਮੇਲਿਆਂ ਤੇ ਵਿੱਕੀ ਕਿੰਗਰੇ ਪਰਿਵਾਰ ਦਾ ਖੇਡਦੇ ਬਰਾਂ ਵਿੱਚ ਹੁਣ ਪਤਾ ਲੱਗੂ ਕਿਹੜੇ ਪਾਸੇ ਲੱਗਣੀ ਘਾੜੀ ਟਿਕਾਉਣੇ ਇਹਦਾ ਜਿੰਨਾ ਕੱਦ ਨਿੱਕਾ ਓਨਾ ਹੀ ਤਿੱਖਾ ਗੱਦੜ ਵਾਹੇ ਵਾਲਿਆ ਜਿੰਨਾ ਨਿੱਕਾ ਓਨਾ ਹੀ ਤਿੱਖਾ ਹੈ ਨਾਲ ਹੀ ਮੇਰੀ ਬੇਨਤੀ ਆਤਮਾ ਸਾਡਾ ਵੀਰ ਜਲਦੀ ਨਾਲ ਸਟੇਜ ਤੇ ਆਵੇ ਪਰ ਟਾਂਗਿਆ ਪਾਈਏ ਜਲਦੀ ਨਾਲ ਪੈਨ ਤੇ ਜਲਦੀ ਨਾਲ ਕਾਪੀ ਜਿਹੜੀ ਪੂਰੀ ਕਰਨੀ ਹੈ ਆਪਾਂ ਟਾਂਗਿਆ ਪਾਈਏ ਜੇਤੂ ਰੱਖੇ ਜਿਹੜੀਆਂ ਮੈਚ ਜਿਹੜੇ ਖੇਡੇ ਜਾਣੇ ਹੈ ਖੇਡ ਦੇ ਬਰਾਂ ਵਿੱਚ ਲਾਓ ਸਾਹਮਣੇ ਪੈ ਗਈ ਬਾਲ ਤੇ ਦੂਸਰੇ ਪਾਸੇ ਖਿਡਾਰੀ ਤਿਆਰ 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 ਐਨ ਬਾਲਾਂ ਚੜ੍ਹ ਚੜ੍ਹ ਕੇ ਪੈਣੀ ਹੈ ਬਾਲਾਂ ਚੜ੍ਹ ਚੜ੍ਹ ਕੇ ਪੈਣੀ ਹੈ ਭਰਾਵਾਂ ਦਾ ਮੇਲਾ ਤੇ ਭਰਾਵਾਂ ਨਾਲ ਹੀ ਮੇਲੇ ਸੋਹਦੇ ਹੈ ਭਰਾਵਾਂ ਨਾਲ ਹੀ ਕਹਿੰਦੇ ਮੇਲੇ ਸੋਹਦੇ ਹੈ ਪਰ ਮੇਰਾ ਸੱਚੇ ਪਾਤਸ਼ਾਹ ਦੀ ਵੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੁੱਖ ਚੋਂ ਵਾਕ ਨਿਕਲ ਗਏ ਫਿਰ ਫਿਰ ਨਹੀਂ ਜਾਣੇ ਹਰਦੀਪ ਗੁਰੂ ਸਾਹਿਬ ਵਾਲਾ ਆਇਆ ਹੋਇਆ ਹੈ ਕਾਸ ਤੋਂ ਮੇਰੀ ਜਿੰਦ ਦੁਨੀਆ ਭਰ ਦੇ ਵਿੱਚ ਲਾਇਆ ਜਿਹੜਾ ਕੀਤਾ ਜਾ ਰਿਹਾ ਹੈ ਐਨ ਕਾਸ ਤੋਂ ਮੇਰੀ ਜਿੰਦ ਤੋਂ ਟਿੰਕੂ ਹਡੋਲੀ ਵਾਲਾ ਕਹਿੰਦੇ ਜਤਿੰਦਰ ਕੁਮਾਰ ਬਣ ਗਿਆ ਹੈ ਕਿਉਂਕਿ ਐਨ ਜਿਹੜੀ ਇੰਟਰਨੈਟ ਦੀਆਂ ਗੱਲਾਂ ਤੇ ਬਾਤਾਂ ਕਾਸ ਤੋਂ ਮੇਰੀ ਜਿੰਦ ਤੋਂ ਸੁਰਿੰਦਰ ਕੁਮਾਰ ਬਣ ਗਿਆ ਹੈ ਕਿਉਂਕਿ ਐਨ ਜਿਹੜੀ ਆਈ ਡੀ ਦੇ ਨੇਮ ਜਿਹੜੇ ਚੇਂਜ ਹੋ ਚੁੱਕੇ ਹੈ ਇਹ ਵੀ ਜਿਹਨੂੰ ਜਿਹਨੂੰ ਪਤਾ ਤੇ ਉਹਨਾਂ ਨੂੰ ਪਤਾ ਹੀ ਹੈ ਪਰ ਸਾਹਮਣੇ ਮੈਚ ਪੂਰੇ ਤਕੜੇ ਦੇ ਮੈਚ ਤੇ ਕਲੇਰਾ ਵਾਲਾ ਯਾਰ ਲਓ ਸਾਹਮਣੇ ਕਹਿੰਦੇ ਵਿੱਕੀ ਗਿੱਦੜ ਬਾਹੇ ਦੀ ਧਰਤੀ ਦਾ ਮੇਰੇ ਵੀਰੋ ਅਗਲੀ ਬਾਲ ਵਾਹ ਖੇਡ ਦੇ ਮੈਦਾਨ ਅੰਦਰ ਇਧਰਲੇ ਪਾਸੇ ਮਿੱਡਾ ਕਹਿੰਦੇ ਟਰਾਈ ਕਰਦਾ ਹੈ ਪਰ ਓਵਰ ਜਿਹੜਾ ਸਮਾਪਤ ਹੋ ਗਿਆ ਦੱਸੋ ਭਾਜੀ ਕਿੰਨੇ ਸਕੋਰ ਨੇ ਇੱਕ ਓਵਰ ਵਾਹ ਜੀ ਵਾਹ ਚਾਰ ਸਕੋਰ ਨੇ ਇੱਕ ਓਵਰ ਦੀ ਸਮਾਪਤੀ ਤੋਂ ਬਾਅਦ ਚਾਰ ਸਕੋਰ ਜਿਹੜੇ ਸਰਾਵਾਂ ਬੋਦਲਾਂ ਦੀ ਟੀਮ ਦੇ ਹੋ ਚੁੱਕੇ ਹੈ ਇੱਕ ਓਵਰ ਦੀ ਸਮਾਪਤੀ ਤੋਂ ਬਾਅਦ ਜਿਵੇਂ ਕੋਟ ਸੁਖੀ ਵਾਲੇ ਨੇ ਦੱਸਿਆ ਵੀ ਕਾਸ ਤੋਂ ਮੇਰੀ ਜਿੰਦ ਤੋਂ ਬਾਅਦ ਜਤਿੰਦਰ ਕੁਮਾਰ ਹੋ ਗਿਆ ਹਰਦੀਪ ਕਿਉਂ ਹੋਇਆ ਵੀ ਸਾਡੇ ਭਰਾ ਨੂੰ ਕਹਿੰਦੇ ਦੁਨੀਆ ਨੇ ਨਕਸ਼ੇ ਤੇ ਐਨ ਖੜਾ ਕਰ ਦਿੱਤਾ ਕਦੇ ਹੁਣ ਮਲੇਸ਼ੀਆ ਦੇ ਟੂਰ ਲੱਗਿਆ ਕਰਨਗੇ ਕਦੇ ਦੁਬਈ ਦੀਆਂ ਗੱਲਾਂ ਹੋਇਆ ਕਰਨਗੀਆਂ ਸਾਡੇ ਯਾਰ ਦੀਆਂ ਐਨ ਕਹਿੰਦੇ ਟੈਂਕੂ ਹਡੋਲੀ ਵਾਲੇ ਦਾ ਵੀ ਕਦੇ ਆਪਾਂ ਦੇ ਨਹੀਂ ਦੇ ਸਕਦੇ ਮੀਡੀਆ ਦੇ ਜ਼ਰੀਏ ਪੂਰੀ ਦੁਨੀਆ ਭਰ ਦੇ ਵਿੱਚ ਦੱਸ ਦਿੱਤਾ ਹੈ ਵੀ ਕਾਸਕੋ ਕਿੱਥੇ ਕਿ ਜਾ ਕੇ ਮੇਰੇ ਵੀਰੋ ਲੈਵਲ ਕਰਦੀ ਹੈ ਤੇ ਮੈਚ ਬੜਾ ਹੀ ਤਕੜਾ ਜਸ਼ਨ ਗਿੱਦੜ ਬਾਹੇ ਦੀ ਧਰਤੀ ਦਾ ਲਓ ਦੂਸਰੇ ਵਾਰ ਦੀ ਸ਼ੁਰੂਆਤ ਸਾਹਮਣੇ ਪ੍ਰਧਾਨ ਸਿੰਘ ਹੈ ਗੁਰਜਿੰਦਰ ਸਰਾਵਾਂ ਬੋਦਲਾਂ ਦੀ ਧਰਤੀ ਦਾ ਪਰ ਦੇਖੋ ਮੇਰੇ ਮਿੱਤਰੋ ਰਨ ਹੋਵੇਗਾ ਸਿੰਗਲ ਸਰਾਵਾਂ ਬੋਦਲਾਂ ਦੀ ਟੀਮ ਦੇ ਲਈ 84 ਰਨ ਦਾ ਟਾਰਗੇਟ ਹੈ ਤੇ ਜਸ਼ਨ ਬਾਲ ਪਾ ਰਿਹਾ ਹੈ ਗਿੱਦੜ ਪਾਹੇ ਵਾਲਾ ਅੰਡਰ ਦੀ ਟੀਮ ਦੇ ਵਿੱਚ ਮੁੰਡਾ ਕਹਿੰਦੇ ਸਿਰ ਕੱਢਵਾ ਪਲੇਅਰ ਹੈ ਗਿੱਦੜ ਵਾਹੇ ਵਾਲਾ ਬਾਲ ਪਾਉਣ ਦੇ ਲਈ ਵੱਧ ਹੋਇਆ ਇਹ ਮਿੱਡਿਆ ਦੇ ਬਾਰੇ ਕੀ ਖਿਆਲ ਆ ਫਿਰ ਉਹ ਭੱਲੇ 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 ਪਰ ਦੇਖੋ ਉਹ ਹੋ ਗਿਆ ਯੂ ਫੈਸਲਾ ਕਹਿੰਦੇ ਹੈ ਰਨ 6 ਖੇਡਦੇ ਮੈਦਾਨ ਅੰਦਰ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਮਿੱਡਾ ਹਬੋਰ ਦੀ ਧਰਤੀ ਦਾ ਗੱਭਰੂ ਆਪਣੀ ਟੀਮ ਦੇ ਲਈ ਰਨ ਪ੍ਰਾਪਤ ਕਰਦਾ ਹੋਇਆ ਇਸ ਸਮੇਂ ਦੇਖੋ ਅਗਲੀ ਬਾਲ ਪਾਉਣ ਦੇ ਲਈ ਗਿੱਦੜ ਬਾਹੇ ਵਾਲਾ ਜਸ਼ਨ ਹੈ ਤੇ ਸਾਹਮਣੇ ਦੇਖੋ ਬਾਲ ਵਾਈਡ ਹੋ ਚੁੱਕੀ ਹੈ ਲੈ ਵੀ ਫਿਰੋਜ਼ਪੁਰ ਵਾਲਿਆ ਭੱਜ ਕੇ ਲੰਘ ਜਾ ਤੇਰੀ ਵੀ ਸ਼ਾਮ ਦਾ ਟਾਈਮ ਹੋ ਗਿਆ ਹੋਣਾ ਡਰਾਈਵੋ ਜ਼ਿੰਦਗੀ ਦਾ ਸਿਰ ਕੱਢਵਾ ਯਾਰ ਪੁੱਜਿਆ ਧੰਨਵਾਦ ਕਰਾਂਗੇ ਨਾਲ ਸਾਡੇ ਗਿੱਦੇ ਹੋਣੀ ਹੈ ਚਿੱਲੀ ਹੋਣੀ ਦੇ ਨਾਲ ਪਿੰਦੂ ਹੋਇਆ ਸਾਡਾ ਵੀਰ ਬਹੁਤ ਵੱਡਾ ਧੰਨਵਾਦ ਲਓ ਸਾਹਮਣੇ
ਫੇਰ ਬਾਲ ਕਹਿੰਦੇ ਚੋਟੀ ਦੀ ਹੈ ਤੇ ਬਾਲ ਕਹਿੰਦੇ ਟਾਪ ਦੀ ਪਾ ਦਿੱਤੀ ਹੈ ਖੇਡਦੇ ਮੈਦਾਨ ਅੰਦਰ ਆਪਣੀ ਟੀਮ ਦੇ ਲਈ ਅੱਜ ਸਿਮਰਾ ਆਇਆ ਮੇਰੇ ਵੀਰੋ ਵਰਚ ਦੁਨੇਜਾ ਵਾਲਾ ਯਾਰ ਵੀ ਅੱਜ ਆਇਆ ਹੋਇਆ ਹੈ ਚੜਿਕ ਵਾਲਾ ਮਣੀ ਰਾਜਵਾਲ ਦੇ ਸੋਨੂ ਨੀ ਐਨ ਕਹਿੰਦੇ ਪੰਮੇ ਹੁਣੀ ਸਾਡੇ ਵੀਰ ਆਏ ਹੈ ਬਹੁਤ ਵੱਡਾ ਧੰਨਵਾਦ ਲਓ ਸਾਹਮਣੇ ਅਗਲੀ ਬਾਲ ਫੇਰ ਪੈਣ ਜਾ ਰਹੀ ਹੈ ਸਵਾਦ ਹੈ ਜੇ ਮਿੱਡਿਆ ਇੱਥੇ ਖਿੱਚ ਕੇ ਰੱਖੇ ਨਾ ਸਵਾਦ ਫੇਰ ਆਊ ਫੇਰ ਸਵਾਦ ਹੋਣਾ ਵੀ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਵੀ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਗਲੀ ਪਾਲ ਫੇਰ ਸ਼ਾਟ ਤਕੜਾ ਪਰ ਦੇਖਾਂਗੇ ਇਧਰਲੇ ਪਾਸੇ ਰਨ ਹੋਣਗੇ ਚਾਰ ਰਨ ਹੋਣਗੇ ਚਾਰ ਐਨ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਬੇਨਤੀ ਹੈ ਮੇਰੀ ਰਾਜੋਵਾਲ ਸੋਢੀ ਨਗਰ ਝੋਕ ਤੇ ਨਾਲ ਮੇਰੀ ਬੇਨਤੀ ਹੈ ਜਵਾਹਰਲਾਲ ਦੀ ਟੀਮ ਦਾ ਇੱਕ ਪਲੇਅਰ ਆ ਜਾਵੇ ਅਸੀਂ ਟਾਈਆਂ ਪਾਉਣ ਲੱਗੇ ਹਾਂ ਭਾਜੀ ਦੂਜੇ ਰਾਊਂਡ ਦੀਆਂ ਸਾਡੇ ਭਰਾ ਟਾਈਆਂ ਕੱਢਣ ਲੱਗੇ ਹੈ ਤੇ ਵੱਡੀ ਜ਼ਿੰਮੇਵਾਰੀ ਹੈ ਇੱਕ ਬਾਲ ਬਾਕੀ ਹੈ ਭਾਜੀ ਇੱਕ ਬਾਲ ਜਿਹੜੀ ਇਸ ਦੂਸਰੇ ਓਵਰ ਦੀ ਲਾਸਟ ਬਾਲ ਬਾਕੀ ਹੈ ਦੂਜੇ ਰਾਊਂਡ ਦੀਆਂ ਜਿਹੜੀਆਂ ਟਾਈਆਂ ਸਾਡੇ ਭਰਾ ਕੱਢ ਰਹੇ ਹੈ ਮੈਂ ਬੇਨਤੀ ਕਰੂੰਗਾ ਜੇਤੂ ਟੀਮਾਂ ਦਾ ਇੱਕ ਪਲੇਅਰ ਭਾਜੀ ਚਾਰ ਪਰਚੀਆਂ ਸਾਡੇ ਕੋਲ ਰਾਜੋਵਾਲ ਸੋਢੀ ਨਗਰ ਝੋਕ ਤੇ ਜੇਤੂ ਚਾਰ ਪਰਚੀਆਂ ਜਿਹਦੇ ਨਾਲ ਜਿਹੜੀ ਪਹਿਲੀ ਪਰਚੀ ਚੱਕੀ ਉਹ ਮੇਰੇ ਖੇਡੂਗੀ ਜਵਾਹਰਲਾਲ ਦੇ ਨਾਲ ਠੀਕ ਹੈ ਬਈ ਸਾਰੀਆਂ ਟੀਮਾਂ ਨੋਟ ਕਰ ਲੈਣ ਜੋਤੀ ਲੈਪੋ ਤੇ ਮੰਗੂ ਖੱਪੇ ਵਾਲੀ ਵੀਰੇ ਲੈ ਵੀ ਬਿੱਟੂ ਕੋਈ ਗੱਲ ਨੀ ਪਾਓ ਟਾਈਆਂ ਬਾਈ ਬਾਈ ਕੋਈ ਗੱਲ ਨੀ ਭਾਜੀ ਪਾਓ ਟਾਈਆਂ ਪਾਓ ਤੁਸੀਂ ਕੋਈ ਗੱਲ ਨੀ ਪਾਓ ਟਾਈਆਂ ਢਾਈ ਰਾਣਾ ਭਾਜੀ ਦੋ ਓਵਰ ਬਾਈ ਰਾਣੀ ਹਾਂਜੀ ਵੀਰੇ ਡਾਕਟਰ ਆਊਟ ਹੋ ਗਏ ਪਾਓ ਜੀ ਟਾਈਆਂ ਅਪਡੇਟ ਨਹੀਂ ਹੁੰਦੀ ਵੀਰੇ ਦੂਜੇ ਰਾਊਂਡ ਦੀਆਂ ਟਾਈਆਂ ਪੈ ਰਹੀਆਂ ਸਾਡੇ ਭਰਾ ਦੇ ਟਾਈਆਂ ਪਾ ਰਹੇ ਲੈ ਵੀ ਦੱਸੀ ਬਾਈ ਕਿਹਦਾ ਮੈਚ ਕਿਹਦੇ ਨਾਲ ਖੇਡਿਆ ਜਾਣਾ ਹੈ ਸੋਢੀ ਨਗਰ ਤੇ ਜਵਾਰੇ ਵਾਲਾ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਹੈ ਭਾਜੀ ਦੋ ਟੀਮਾਂ ਹੀ ਲਿਆਣੀਆਂ ਕਿਤੇ ਭੁਲੇਖੇ ਚ ਨਾ ਰਹਿਣ ਵੀ ਚਾਰ ਟੀਮਾਂ ਲੈ ਕੇ ਜਾਣੀਆਂ ਭਾਜੀ ਟਾਈਆਂ ਪਾਵਾਂਗੇ ਤੁਸੀਂ ਬੇਫਿਕਰ ਹੋ ਜਾਓ ਲਓ ਇਧਰਲੇ ਪਾਸੇ ਜੁੜੀਏ ਮੈਦਾਨ ਦੇ ਨਾਲ ਮੇਰੇ ਵੀਰ ਅਗਲੀ ਬਾਲ ਪਾਉਣ ਦੇ ਲਈ ਆ ਗਿਆ ਵਿੱਕੀ ਗਿੱਦੜ ਬਾਹੇ ਦੀ ਧਰਤੀ ਦਾ ਪ੍ਰਧਾਨ ਗੱਲ ਬੜੀ ਨੀ ਬੱਲੇ ਦਾ ਮੂੰਹ ਖੋਲਿਆ ਨੀ ਬੱਲਾ ਉਵੇਂ ਚੱਲਣਾ ਚਾਹੀਦਾ ਜਿਵੇਂ ਭੁੱਲਰਾਂ ਦੇ ਵਿੱਚ ਬੱਲਾ ਚੱਲਿਆ ਸੀ ਜੇ ਕਿਤੇ ਬੱਲਾ ਉਦਾਂ ਚੱਲੇ ਫੇਰ ਸਵਾਦ ਆਓ ਲਓ ਵਿੱਕੀ ਦੀ ਪਾਲ ਖੇਡਦੇ ਮੈਦਾਨ ਅੰਦਰ ਗਿੱਦੜ ਬਾਹੇ ਦੀ ਧਰਤੀ ਦਾ ਇਧਰਲੇ ਪਾਸੇ ਬਿੱਟੂ ਸ਼ਾਹ ਮੁੰਡਾ ਕਹਿੰਦੇ ਭਰਮੇ ਦੇ ਸਰੀਰ ਦਾ ਪਰ ਰਨ ਹੋਵੇਗਾ ਸਿੰਗਲ ਖੇਡਦੇ ਮੈਦਾਨ ਅੰਦਰ ਸਰਾਵਾ ਬੋਦਲਾ ਤੇ ਗਿੱਦੜ ਬਾਹੇ ਦੀ ਟੀਮ ਦਾ ਮੈਚ ਮਿੱਤਰੋ ਵੀ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਦੋਹੀ ਚੰਗੀਆਂ ਹਾਲੇ ਤੇ ਤੀਜਾ ਓਵਰ ਹੈ ਜਦੋਂ ਲਾਸਟ ਬਾਲ ਹੋ ਗਈ ਫਿਰ ਆਪਾਂ ਸਕੋਰ ਸਾਂਝੇ ਕਰਾਂਗੇ ਲਓ ਸਾਹਮਣੇ ਗੁਰਜਿੰਦਰਾ ਗੱਲ ਬਣੀ ਨੀ ਭੁੱਲਰਾਲਾ ਮੇਲਾ ਹੀ ਯਾਦ ਆਵੇ ਜੇ ਵਿੱਕੀ ਨੂੰ ਛੱਕੇ ਲੱਗਣਾ ਵਿੱਕੀ ਦੀ ਬਾਤ ਹੈ ਸਾਹਮਣੇ ਗੁਰਜਿੰਦਰ ਦਾ ਸ਼ਾਟ ਪਰ ਦੇਖੋ ਰਨ ਹੋਵੇਗਾ ਸਿੰਗਲ ਜਾਂ ਹੋਵੇਗਾ ਡਬਲ ਖੇਡਦੇ ਮਕਾਨ ਅੰਦਰ ਬੜਾ ਤਕੜਾ ਬੜਾ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਵੀ ਬਹੁਤੇ ਕੱਟ ਦੇਣੀ ਦਿਨ ਲਾਰੇ ਜ਼ਿੰਦਗੀ ਨੂੰ ਲਾ ਕੇ ਉਹ ਤਾਂ ਬਰਫਾ ਬਣਾਉਂਦੇ ਹੱਥ ਬਲਦੀ ਚ ਪਾ ਕੇ ਜਿਹੜੇ ਗੱਲੀ ਬਾਤੀ ਫੱਕੀਆਂ ਹਰਾਉਂਦੇ ਹੁੰਦੇ ਹੈ ਵੀ ਬੰਦੇ ਟਾਵੇਂ ਟਾਵੇਂ ਲਿਖਾੜੋ ਹਰਾਉਂਦੇ ਹੁੰਦੇ ਹੈ ਵੀ ਬੰਦੇ ਟਾਵੇਂ ਟਾਵੇਂ ਲਿਖਾੜੋ ਇੱਥੇ ਸਮਾਂ ਹੈਰਾਨ
ਜਿੱਤਣ ਦਾ ਸਮਾਂ ਹੈ ਪਰ ਦੇਖੋ ਇਧਰਲੇ ਪਾਸੇ ਹੋਗੀ ਬੱਲੇ ਬੱਲੇ ਹੋਗੀ ਬੱਲੇ ਬੱਲੇ ਸਵਾਦ ਵਾਕਈ ਹੋਗੀ ਬੱਲੇ ਬੱਲੇ ਰੱਬ ਉੱਤੇ ਤੇ ਧਰਤੀ ਥੱਲੇ ਹੋਗੀ ਬੱਲੇ ਬੱਲੇ ਇਧਰਲੇ ਪਾਸੇ ਦੇਖੋ ਸਰਾਵਾ ਬੋਦਲਾ ਵਾਲੇ ਨੇ ਸ਼ਾਟ ਮਾਰ ਕੇ ਐਨ ਸਿਰਾ ਕਰਵਾ ਦਿੱਤਾ ਹੈ ਖੇਡ ਦੇ ਮੈਦਾਨ ਅੰਦਰ ਮੇਰੇ ਮਿੱਤਰੋ ਤੇ ਅਗਲੀ ਬਾਲ ਪਾਉਂਦ ਲਈ ਵਿੱਕੀ ਜਿੱਦਣ ਬਾਹੇ ਦੀ ਧਰਤੀ ਦਾ ਗੱਭਰੂ ਫਿਰ ਬਾਲ ਪਾਉਂਦ ਲਈ ਵਾਧਾ ਹੋਇਆ ਹੈ ਲੈ ਵੀ ਵਿੱਕੀ ਥੋੜਾ ਜਲਦੀ ਦੇ ਨਾਲ ਗਿੱਦੜ ਬਾਹੇ ਵਾਲਾ ਮੁੰਡਾ ਕਿੰਗਰ ਪਰਿਵਾਰ ਦਾ ਇੱਕ ਚੇਤਕ ਕਹਿੰਦੇ ਮੁੰਡੇ ਨੇ ਰਹੀੜੇ ਦੇ ਕੱਪ ਤੋਂ ਜਿੱਤਿਆ ਸੀ ਇਧਰਲੇ ਪਾਸੇ ਪੈ ਗਈ ਧੱਕ ਬੱਲੇ 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 ਵੀ ਉੱਡਣੇ ਸੱਪ ਵਰਗੀ ਹੱਥ ਨਾ ਕਿਸੇ ਦੇ ਆਵਾ ਮੈਂ ਉੱਡਣੇ ਸੱਪ ਵਰਗੀ ਹੱਥ ਨਾ ਕਿਸੇ ਦੇ ਆਵਾ ਸੋਢੀ ਨਗਰ ਤੇ ਜਵਾਰੇਵਾਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਟਾਸ ਕਰ ਲੈਣ ਲੈ ਵੀ ਅਰਸ਼ ਆਡੋ ਭਰਾ ਬਣ ਕੇ ਗਿੱਧੇ ਆਡੋ ਵੀਰ ਬਣ ਕੇ ਟਾਸ ਕਰ ਲਓ ਜਲਦੀ ਦੇ ਨਾਲ ਠੀਕ ਹੈ ਚੱਲੀ ਭਾਜੀ ਬਾਲਕ ਹੈ 84 ਦਾ ਟਾਰਗੇਟ ਓਵਰ ਤੋਂ ਬਾਅਦ 3 ਓਵਰ ਕੱਤੀ ਜੀ ਕੱਤੀ ਸਕੋਰ ਨੇ 3 ਓਵਰ ਦੀ ਸਮਾਪਤੀ ਤੋਂ ਬਾਅਦ ਸਰਾਵਾ ਬੋਦਲਾ ਦੀ ਟੀਮ ਦੇ ਕੱਤੀ ਸਕੋਰ ਨੇ 3 ਓਵਰ ਤੋਂ ਬਾਅਦ ਕਾਲੂ ਮੇਰੇ ਵੀਰੋ ਗੱਦੜ ਬਾਹੇ ਦੀ ਧਰਤੀ ਦਾ ਲਓ ਚੌਥੇ ਓਵਰ ਦੀ ਸ਼ੁਰੂਆਤ ਖੇਡ ਦੇ ਮੈਦਾਨ ਅੰਦਰ ਹੋਣ ਜਾ ਰਹੀ ਹੈ ਹਲੇ 31 ਰਨ ਬਣੇ ਹੈ ਅੱਜ ਜੰਗ ਦਾ ਮੇਲਾ ਹੈ ਧੰਨ ਧੰਨ ਬਾਬਾ ਕਾਲਾ ਮਹਿ ਜੀ ਦੀ ਯਾਦ ਦੇ ਵਿੱਚ 400 ਦਾ ਵੱਡਾ ਮੇਲਾ ਹੋ ਰਿਹਾ ਹੈ ਲਓ ਅਗਲੀ ਬਾਲ ਕਹਿੰਦੇ ਕਾਲੂ ਦੀ ਤੇ ਪ੍ਰਧਾਨ ਪ੍ਰਧਾਨ ਬੱਲੇ 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 ਸਵਾਦ ਹੈ ਕਾਸੂ ਕ੍ਰਿਕਟ ਦਾ ਵੀ ਮੇਰੇ ਨੱਚਦੀ ਦੇ ਪੈਰਾਂ ਥੱਲੇ ਨੀਲ ਪੈ ਗਿਆ ਤੇ ਕਹਿੰਦਾ ਗੱਲ ਨਹੀਂ ਬਣੀ ਵੀ ਮੇਰੇ ਨੱਚਦੀ ਦੇ ਪੈਰਾਂ ਥੱਲੇ ਨੀਲ ਪੈ ਗਿਆ ਕਹਿੰਦਾ ਗੱਲ ਨਹੀਂ ਬਣੀ ਹੁਣ ਸਵਾਦ ਆ ਰਿਹਾ ਹੈ ਉਹ ਗੁਰਜਿੰਦਰਾ ਜੇ ਇੱਕ ਛੱਕਾ ਹੋਰ ਵੱਜਦੇ ਫਿਰ ਦੁਨੀਆਂ ਨੂੰ ਪਤਾ ਲੱਗਦੇ ਵੀ ਸਰਾਵਾ ਬੋਦਲਾ ਵਾਲਾ ਆਇਆ ਸੀ ਕਿਸੇ ਗੱਲ ਨੂੰ ਸਵਾਦ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਅੰਦਰ ਦੂਜਾ ਛੱਕਾ ਗੁਰਜਿੰਦਰ ਸਰਾਵਾ ਬੋਦਲਾ ਵਾਲੇ ਦਾ ਥੋੜੀ ਜਿਹੀ ਇਨਰ ਉੱਪਰ ਕੀਤੇ ਹੈ ਇਨਰ ਕਿਉਂ ਉੱਪਰ ਕੀਤੇ ਹੈ ਵੀ ਪਕੜ ਮਜ਼ਬੂਤ ਕਰ ਲਈ ਹੈ ਬੱਲੇ ਦੀ ਇੱਕ ਛੱਕਾ ਹੋਰ ਹੋਵੇਗਾ ਅੰਦਾਜ਼ੇ ਫੈਸਲੇ ਫੈਸਲੇ ਪਰ ਰਨ ਭੱਜ ਗਈ ਹੋਵੇਗਾ ਰਨ ਕਹਿੰਦੇ ਭੱਜ ਕੇ ਹੋਵੇਗਾ ਜੇ ਟਾਵਰਾਂ ਦੇ ਵਿੱਚ ਬਾਲ ਲੱਗਦੀ ਹੈ ਤੇ ਭੱਜ ਕੇ ਰਨ ਕੀਤੇ ਜਾਣਗੇ ਐਨ ਚੋਟੀ ਦਾ ਮੈਚ ਮੇਰੇ ਮਿੱਤਰੋ ਕਦੇ ਗੱਲਾਂ ਚੱਲੀਆਂ ਜੰਗ ਸੰਧੂ ਦੀਆਂ ਕਿਵੇਂ ਸੋਹਣੀ ਤੇ ਸਨੈਕੀ ਤੇਰੀ ਲਾਰਵੇ ਤੇ ਭਾਗਾ ਵਾਲਾ ਤੂੰ ਮੁੰਡਿਆ ਹੈ ਕਰ ਵੀ ਨੇ ਬਲਕਾਰ ਸਿੱਧੂ ਨੇ ਹਰਜੀਤ ਹਰਮਨ ਨੇ ਮੇਰੇ ਵੀਰੋ ਇਸ ਕ੍ਰਿਕਟ ਕੱਪ ਨੂੰ ਕਹਿੰਦੇ ਪ੍ਰਮੋਸ਼ਨ ਕੀਤਾ ਇਸ ਕੱਪ ਨੂੰ ਕਹਿੰਦੇ ਪ੍ਰਮੋਸ਼ਨ ਕੀਤਾ ਲਓ ਇਧਰਲੇ ਪਾਸੇ ਫੇਰ ਬਾਲ ਪਰ ਦੇਖੋ ਰਨ ਹੋਵੇਗਾ ਸਿੰਗਲ ਆ ਗਿਆ ਫੇਰ ਕਾਸੂ ਕ੍ਰਿਕਟ ਦਾ ਕਹਿੰਦੇ ਬੰਦੇ ਮਾਰ ਖਿਡਾਰੀ ਮੇਰੇ ਵੀਰੋ ਆ ਗਿਆ ਪ੍ਰਧਾਨ ਗੁਰਜਿੰਦਰ ਸਰਾਵਾ ਬੋਦਲਾ ਦੀ ਧਰਤੀ ਦਾ ਉਹ ਗੁਰਜਿੰਦਰਾ ਜੇ ਦੋ ਛੱਕੇ ਹੋਰ ਲੱਗ ਗਏ ਕੰਮ ਨੇੜੇ ਹੋ ਜੂ ਕਾਲੂ ਦੀ ਬਾਲ ਤੇ ਗੁਰਜਿੰਦਰ ਦੇਖੋ ਸਟੰਪ ਜਿਹੜੇ ਪੱਟ ਦਿੱਤੇ ਹੈ ਵਿਕਟਾਂ ਕੱਢ ਦਿੱਤੀਆਂ ਕਾਲੂ ਤੇ ਫਿਰ ਕਾਲੂ ਹੀ ਹੈ ਗਿੱਦੜ ਬਾਹੇ ਦੀ ਧਰਤੀ ਦਾ ਬੇਨਤੀ ਹੈ ਮੇਰੀ ਨੈਕਸਟ ਬੱਲੇਬਾਜ਼ ਆ ਜਾਵੇ ਰਾਜਨ ਆਵੇਗਾ ਅਗਲਾ ਬੱਲੇਬਾਜ਼ ਸਰਾਵਾ ਬੋਦਲਾ ਦੀ ਧਰਤੀ ਦਾ ਉਧਰ ਚਿੱਲੀ ਫਿਰੋਜ਼ਪੁਰ ਵਾਲਾ ਨਾਲ ਖੇਡੂ ਅੱਜ ਜੰਦੇ ਉਹਨਾਂ ਦੇ ਨਾਲ ਯੋਧੇ ਉਣੀ ਵੀਰ ਆਏ ਹੋਏ ਹੈ ਤੇ ਉਧਰ ਅੱਜ ਖੇਡੂ ਲੈਪੋ ਵਾਲਾ ਹਰਜੋਤ ਮੇਰੇ ਵੀਰਿਓ ਜੋਤ ਲੈਪੋ ਦੀ ਧਰਤੀ ਦਾ ਲੈਦਰ ਦਾ ਕਿੰਗ ਨੈਨੋ ਗੱਡੀ ਦਾ ਜੇਤੂ ਖਿਡਾਰੀ ਵੀ ਆ ਜਾ ਇਸ ਧਰਤੀ ਤੇ ਪੁੱਜਿਆ ਹੋਇਆ ਹੈ ਬੜੇ ਮਾਣ ਵਾਲੀ ਗੱਲ ਆ ਮੇਰੇ ਵੀਰਿਓ ਮੈਚ ਬੜਾ ਤਕੜਾ ਮੈਚ ਚੋਟੀ ਦਾ ਆ ਗਿਆ ਰਾਜਨ ਮੇਰੇ ਵੀਰਿਓ ਇਧਰ ਕਾਲੂ ਬਲ ਪਾਉਣ ਲਈ ਖੇਡਦੇ ਮੈਦਾਨ ਅੰਦਰ ਫਿਰ ਗੱਭਰੂ ਵਾਧਾ ਹੋਇਆ ਗਿੱਦੜ ਬਾਹੇ ਦੀ ਧਰਤੀ ਦਾ ਛੱਡਣ ਲੱਗ ਚੁੱਕਿਆ ਫੀਲਡਰ ਵਿੱਕੀ ਹੈ ਤੇ ਵਿੱਕੀ ਵੀ ਕਹਿੰਦੇ ਐਨ ਸੇਫ ਹੈਂਡ ਖਿਡਾਰੀ ਹੈ ਗਿੱਦੜ ਬਾਹੇ ਦੀ ਧਰਤੀ ਦਾ ਕਹਿੰਦੇ ਵਿੱਕੀ ਵੀ ਕਹਿੰਦੇ ਸੇਫ ਹੈਂਡ ਖਿਡਾਰੀ ਹੈ ਅੱਜ ਪਹਿਲਾ ਦਿਨ ਹੈ ਜੰਗ ਦੇ ਕ੍ਰਿਕਟ ਕੱਪ ਦਾ ਤੇ ਪ੍ਰਾਇਮ ਦੇ ਕੱਪ ਦਾ ਫਾਈਨਲ ਸ਼ੁਰੂਆਤ ਦਿਨ ਹੋਵੇਗਾ ਤੇ 11 ਨੂੰ ਕਹਿੰਦੇ ਪ੍ਰਾਇਮ ਦੇ ਵਿੱਚ ਫਾਈਨਲ ਹੋਣਾ ਹੈ
ਤੇ ਨਾਣੂ ਜੰਗ ਦੇ ਵਿੱਚ ਫਾਈਨਲ ਖੇਡਿਆ ਜਾਵੇਗਾ। ਲੈ ਵੀ ਦੱਸ ਜਿਹਨੂੰ ਕਿੰਨੇ ਰਨ ਹੋ ਗਏ ਚਾਰ ਓਵਰ ਤੋਂ ਬਾਅਦ, 46 ਰਨ ਨੇ, 38 ਰਹਿ ਗਏ ਛੇਆਂ ਦੇ ਵਿੱਚ, ਹਾਲੇ ਤੇ ਕਹਿੰਦੇ 38 ਰਨ ਬਾਕੀ ਹੈ। ਲਓ ਪੰਪ ਦੀ ਪਾਲ, ਇਧਰਲੇ ਪਾਸੇ ਕੈਚ ਛੱਡ ਦਿੱਤਾ ਹੈ, ਕੈਚ ਕਹਿੰਦੇ ਛੱਡ ਦਿੱਤਾ ਹੈ। ਇਸ ਚੱਲਦੇ ਮੈਚ ਦੀਆਂ ਪੰਜ ਬਾਲਾਂ ਜਿਹੜੀਆਂ ਬਾਕੀ ਰਹਿ ਚੁੱਕੀਆਂ, ਇਸ ਚੱਲਦੇ ਮੈਚ ਦੀਆਂ ਪੰਜ ਬਾਲਾਂ ਜਿਹੜੀਆਂ ਬਾਕੀ ਰਹਿ ਚੁੱਕੀਆਂ। ਪੰਪ ਗਿੱਦੜ ਬਹਿ ਦੀ ਧਰਤੀ ਦਾ ਅਗਲੀ ਬਾਲ ਪਾਉਣ ਲਈ ਫਿਰ ਵਾਧਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ, ਸੋਢੀ ਨਗਰ ਹਾਂਜੀ ਤੇ ਨਾਲ ਮੇਰੀ ਬੇਨਤੀ ਹੈ ਜਵਾਹਰਲਾਲ ਦੀ ਟੀਮਾਂ ਦਾ ਮੈਚ ਖੇਡਿਆ ਜਾਵੇਗਾ। ਲਓ ਪੰਪ ਅਗਲੀ ਬਾਲ ਪਾਉਣ ਦੇ ਲਈ ਫਿਰ ਖਿਡਾਰੀ ਵਾਧਾ ਹੈ ਆਪਣੀ ਟੀਮ ਦੇ ਲਈ, ਤੇ ਸਾਹਮਣੇ ਦੇਖਾਂਗੇ ਰਾਜਨ, ਰਾਜਨ ਦਾ ਸ਼ਾਟ, ਤੇ ਸਾਹਮਣੇ ਦੇਖੋ ਰਣਜਲੇ ਚਾਰ ਆਪਾਂ ਦੇਖਾਂਗੇ ਸਰਾਵਾ ਬੋਦਲਾ ਦੀ ਟੀਮ ਦੇ ਜਿਹੜੇ ਹਿੱਸੇ ਦੇ ਵਿੱਚ ਆ ਚੁੱਕੇ ਹੈ। ਆ ਬਾਲ ਤੇ ਦੇਖੋ ਰਣਜਲੇ ਚਾਰ ਸਰਾਵਾ ਬੋਦਲਾ ਦੀ ਟੀਮ ਦੇ ਲਈ। ਮਾਡਾ ਫੌਜੀ ਕੁਝ ਬਿਜੀ ਹੋਵੇਗਾ, ਸਵੇਰੇ ਸਵੇਰੇ ਆਤਮਾ ਬਿਜੀ ਹੋਇਆ, ਉਸ ਤੋਂ ਬਾਅਦ ਹਰਵਿੰਦਰ ਨੇ ਬਿਜੀ ਹੋ ਜਾਣਾ, ਤੇ ਚੀਨੂ ਦੀ ਰੋਟੀ ਸਕੋਰ ਬੋਰਡ ਤੇ ਲਾਈ ਹੋਈ ਹੈ। ਲਓ ਉਧਰਲੇ ਪਾਸੇ ਪੰਪ ਦੀ ਪਾਲ, ਤੇ ਸਾਹਮਣੇ ਰਾਜਨ ਤੇ ਰਣ ਹੋਣਗੇ ਇੱਕ ਜਾਂ ਦੋ ਬੈਟਿੰਗ ਹੈ ਮੇਰੇ ਹਿਸਾਬ ਦੇ ਨਾਲ। ਹਰਮੀਤ ਬੈਟਿੰਗ ਹੈ ਬਈ, ਬੈਟਿੰਗ ਹੈ ਜਵਾਰੇ ਵਾਲੀ ਦੀ ਬੈਟਿੰਗ ਹੈ, ਤੇ ਸੋਢੀ ਨਗਰ ਦੀ ਜਿਹੜੀ ਬਾਲਿੰਗ ਹੋਵੇਗੀ। ਬੇਨਤੀ ਕਰੋ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ। ਪੰਪ ਗਿੱਦੜ ਬਾਹੇ ਵਾਲਾ ਬਹੁਤ ਤਕੜੀ ਬਾਲ ਜਿਹੜੀ ਕਰ ਚੁੱਕਿਆ ਖੇਡਦੇ ਮੈਦਾਨ ਅੰਦਰ ਆਪਣੀ ਟੀਮ ਦੇ ਲਈ। ਕੁੜ ਕਿਹੜੀਆਂ ਬਾਲਾਂ ਬਾਕੀ ਰਹਿ ਗਈਆਂ ਹੋਣਗੀਆਂ ਲਾਸਟ, ਇਸ ਮੈਚ ਦੀ ਲਾਸਟ ਬਾਲ ਜਿਹੜੀ ਬਾਕੀ ਹੈ ਗਿੱਦੜ ਬਾਹੇ ਦੀ ਟੀਮ।